ਦੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਮੁੱਦਾ, ਔਰ ਰੋਜ਼ਾਨਾ ਇਸ ਮੰਚ ਦੇ ਉੱਤੇ ਉਹਨਾਂ ਸਾਰੇ ਹੌਟ ਇਸ਼ੂਜ਼ ਦੀ ਗੱਲ ਹੁੰਦੀ ਹੈ ਜੋ ਕਿ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਦਸਤਕ ਦੇ ਰਹੇ ਹਨ, ਔਰ ਕੋਸ਼ਿਸ਼ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਕਿ ਅਸੀਂ ਤੁਹਾਡੇ ਸਾਹਮਣੇ ਉਹਨਾਂ ਸਾਰੇ ਅਹਿਮ ਮਸਲਿਆਂ ਨੂੰ ਚੱਕੀਏ। ਕਹਿੰਦੇ ਇਹ ਭਾਵੇਂ ਜ਼ਰੂਰੀ ਹੈ ਜਾਂ ਨਹੀਂ, ਤੁਸੀਂ ਪੋਲੀਟਿਕਸ 'ਚ ਇੰਟਰਸਟ ਰੱਖਦੇ ਹੋ ਜਾਂ ਨਹੀਂ, ਪਰ ਪੋਲੀਟਿਕਸ ਤੁਹਾਡੇ 'ਤੇ ਇੰਟਰਸਟ ਰੱਖਦੀ ਹੈ। ਭਾਵੇਂ ਅੱਜ ਅਸੀਂ ਇਸ ਮੁਲਕ ਦੇ ਵਿੱਚ ਆ ਕੇ ਵਸੇ ਹਾਂ ਜਿੱਥੇ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਸਪੀਚ ਦੀ ਗੱਲ ਕੀਤੀ ਜਾਂਦੀ ਹੈ, ਲੇਕਿਨ ਦੂਜੇ ਪਾਸੇ ਅਸੀਂ ਵੇਖੀਏ ਤਾਂ ਪੋਲੀਟਿਕਸ ਵੀ ਹੋਣ ਦੇ ਵਿੱਚ ਹੈ, ਜਿਸ ਕਰਕੇ ਹਰ ਕੰਟਰੀ, ਹਰ ਮੁਲਕ ਚੱਲਦਾ ਵੀ ਹੈ ਅਤੇ ਵਿਸ਼ਵ ਦੇ ਵਿੱਚ ਆਪਣੀ ਪਹਿਚਾਣ ਵੀ ਬਣਾਉਂਦਾ। ਅਮੈਰੀਕਾ ਵਰਲਡ ਦੀ ਸਭ ਤੋਂ ਪਾਵਰਫੁਲ ਕੰਟਰੀ ਇਸ ਕਰਕੇ ਕਹਿਲਾਈ ਜਾਂਦੀ ਹੈ ਕਿਉਂਕਿ ਇੱਥੇ ਪੋਲੀਟਿਕਸ ਵੀ ਬੜੇ ਹੀ ਵੱਡੇ ਪੱਧਰ 'ਤੇ ਵੇਖੀ ਜਾਂਦੀ ਹੈ। ਅਸੀਂ ਇਸ ਮੰਚ ਤੋਂ ਕਈ ਸਾਰੀ ਅਹਿਮ ਖਬਰਾਂ ਤੁਹਾਡੇ ਲਈ ਲੈ ਕੇ ਆਏ ਔਰ ਤੁਹਾਨੂੰ ਅਪਡੇਟ ਵੀ ਕਰਦੇ ਰਹੇ, ਲੇਕਿਨ ਇੱਕ ਦਿਨ ਪੋਲੀਟਿਕਸ ਦੇ ਵਿੱਚ ਉਹ ਦਿਨ ਵੀ ਹੁੰਦਾ ਜਿਹਨੂੰ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਉਹ ਉਸ ਲੀਡਰਸ਼ਿਪ ਲਈ ਜਾਂ ਫਿਰ ਉਸ ਪਾਰਟੀ ਦੇ ਲਈ ਵਧੀਆ ਨਹੀਂ ਗੁਜ਼ਰ ਰਿਹਾ। ਇੱਕ ਦੌਰ ਹੁੰਦਾ ਔਰ ਹਰ ਦੌਰ ਦੇ ਵਿੱਚ ਕਈ ਵਾਰ ਵਧੀਆ ਵੀ ਹੁੰਦਾ ਔਰ ਕਈ ਵਾਰ ਨੁਕਸਾਨ ਵੀ ਹੁੰਦਾ, ਲੇਕਿਨ ਅੱਜ ਮੈਂ ਇਸ ਮੰਚ ਤੋਂ ਕਈ ਸਾਰੇ ਅਹਿਮ ਵਿਸ਼ੇ ਅਮੈਰੀਕਨ ਪੋਲੀਟਿਕਸ ਅਤੇ ਇੰਡੀਅਨ ਪੋਲੀਟਿਕਸ ਬਾਰੇ ਦੱਸਣਾ ਚਾਹਾਂਗਾ। ਤੁਹਾਨੂੰ ਦੱਸ ਦਈਏ ਕਿ ਹਾਲ ਫਿਲਹਾਲ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇੰਪੀਚ ਕੀਤਾ ਗਿਆ ਹਾਊਸ ਆਫ ਰੀਪ੍ਰੈਜੈਂਟੇਟਿਵ ਵੱਲੋਂ, ਔਰ ਜਦ ਉਹਨਾਂ ਨੂੰ ਇੰਪੀਚ ਕੀਤਾ ਗਿਆ ਸੀਗਾ ਤਾਂ ਉਹਨਾਂ ਨੇ ਸੁਰਖੀਆਂ ਬਣਾਈਆਂ ਕਿ ਇਹ ਮੁਲਕ ਦੇ ਤੀਜੇ ਰਾਸ਼ਟਰਪਤੀ ਹਨ 45ਵੀਂ ਲੀਡਰਸ਼ਿਪ ਦੇ ਵਿੱਚ ਜਿਨ੍ਹਾਂ ਨੂੰ ਇੰਪੀਚ ਕੀਤਾ ਗਿਆ। ਸਾਡੇ ਨਾਲ ਸਾਡੇ ਸਹਿਯੋਗੀ ਅਸ਼ਮਿਤਾ ਵੀ ਆਏ ਸੀਗੇ, ਉਹਨਾਂ ਨੇ ਵੀ ਇਸ ਗੱਲ ਨੂੰ ਦੱਸਿਆ ਸੀਗਾ ਕਿ ਅੱਗੇ ਕੀ ਹੋਏਗਾ, ਲੇਕਿਨ ਲਗਭਗ 3.5 ਸਾਲ ਪੂਰੇ ਹੋ ਚੁੱਕੇ ਹਨ ਟਰੰਪ ਦੀ ਗਵਰਨੈਂਸ ਨੂੰ। ਮਿਨੋਰਿਟੀਜ਼ ਲਈ, ਯਾਨੀ ਕਿ ਸਾਡੇ ਲਈ, ਇਹ ਗਵਰਨੈਂਸ ਜਿਹੜੀ ਹੈਗੀ ਹੈ ਉਹ ਕਿੰਨੇ ਫਾਇਦੇਮੰਦ ਰਹੀ ਜਾਂ ਫਿਰ ਅਗਰ ਨੁਕਸਾਨਦੇਹ ਰਹੀ ਤਾਂ ਕਿਉਂ ਰਹੀ, ਇਸ ਦੇ ਉੱਤੇ ਚਾਨਣਾ ਪਾਵਾਂਗੇ ਕਿ ਭਾਰਤ ਦੇ ਵਿੱਚ ਮੋਦੀ ਗਵਰਨਮੈਂਟ ਅਤੇ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਜਿਹੜੀ ਹੈ ਉਹਦਾ ਜਿਹੜਾ ਮੈਜਿਕ ਹੈ ਉਹ ਘੱਟ ਕੇ ਹੁੰਦਾ ਜਾ ਰਿਹਾ, ਕਿਉਂਕਿ ਹਾਲ ਫਿਲਹਾਲ ਦੇ ਵਿੱਚ ਝਾਰਖੰਡ ਦੀ ਔਰ ਮਹਾਰਾਸ਼ਟਰ ਦੀ ਚੋਣ ਉਹਨਾਂ ਦੇ ਹੱਥੋਂ ਨਿਕਲ ਗਈ। ਭਾਵੇਂ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਇੱਕ ਦਿਨ ਦੀ ਸਰਕਾਰ ਬਣਾ ਲਈ ਸੀਗੀ, ਲੇਕਿਨ ਉਸ ਦੇ ਬਾਵਜੂਦ ਵੀ ਉਹ ਸੱਤਾ ਦੇ ਵਿੱਚ ਕਾਬਜ਼ ਨਹੀਂ ਹੋ ਪਾਏ। ਕਹਿਣ ਦਾ ਭਾਵ ਹੈ ਕਿ ਇਹ ਉਹੀ ਰਾਜਨੀਤੀ ਹੈ ਜਿਹਦੇ ਵਿੱਚ ਰਾਜ ਹੱਥ ਦੇ ਵਿੱਚ ਆਉਂਦੇ ਆਉਂਦੇ ਕਦੀ ਕਵਾਰ ਚਲਾ ਵੀ ਜਾਂਦਾ ਹੈ, ਲੇਕਿਨ ਨੀਤੀਆਂ ਜਿਹੜੀਆਂ ਉਹ ਕੰਮ ਨਹੀਂ ਆਉਂਦੀ। ਇਸੇ ਕਰਕੇ ਜਿਹੜਾ ਹਾਰ ਦਾ ਸਾਹਮਣਾ ਮੋਦੀ ਗਵਰਨਮੈਂਟ ਨੂੰ ਕਰਨਾ ਪਿਆ ਇੰਡੀਆ ਦੇ ਵਿੱਚ, ਔਰ ਕਾਫੀ ਲੰਬੇ ਸਮੇਂ ਤੋਂ, ਜਦ 2017 ਦੀ ਮੈਂ ਗੱਲ ਕਰਦਾ ਤਾਂ ਗ੍ਰਾਫ ਸਾਨੂੰ ਇਹ ਦਰਸਾਉਂਦਾ ਸੀਗਾ ਕਿ ਮੋਦੀ ਗਵਰਨਮੈਂਟ ਪੂਰੇ ਭਾਰਤ ਦੇ ਵਿੱਚ ਕਬਜ਼ਾ ਕਰਨ ਜਾ ਰਹੀ ਹੈ, ਔਰ ਉਹਨਾਂ ਨੇ ਕਬਜ਼ਾ ਕੀਤਾ ਵੀ। 29 ਸਟੇਟਾਂ ਦੇ ਵਿੱਚੋਂ 20 ਸਟੇਟਾਂ ਦੇ ਉੱਤੇ ਮੋਦੀ ਗਵਰਨਮੈਂਟ ਦਾ ਕਬਜ਼ਾ ਸੀਗਾ, ਜੋ ਹਾਲ ਫਿਲਹਾਲ ਦੇ ਵਿੱਚ ਹੁਣ 15 ਦੇ ਵਿਚਕਾਰ ਜਿਹੜਾ ਹੈਗਾ, 15 ਸਟੇਟਾਂ ਦੇ ਲਗਭਗ ਉਹਨਾਂ ਦਾ ਜਿਹੜਾ ਹੁਣ ਬੀਜੇਪੀ ਦੀ ਸੱਤਾ ਜਿਹੜੀ ਹੈਗੀ ਹੈ ਉਹ ਇੰਡੀਆ ਦੇ ਵਿੱਚ ਕਾਬਜ਼ ਹੈ। ਲੇਕਿਨ ਆਖਿਰਕਾਰ ਕੀ ਅਜਿਹੇ ਕੌਨਸੀਕੁਐਂਸਿਸ ਰਹੇ ਕਿ ਮੋਦੀ ਦਾ ਮੈਜਿਕ ਜਿਹੜਾ ਉਹ ਭਾਰਤ ਦੇ ਵਿੱਚ ਘੱਟ ਹੋਇਆ, ਹੁਣ ਉਹਦੇ ਉੱਤੇ ਵੀ ਅਸੀਂ ਟਿੱਪਣੀ ਕਰਾਂਗੇ। ਲੇਕਿਨ ਜਿਸ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ, ਅਮੈਰੀਕਾ ਦੇ ਵਿੱਚ ਟਰੰਪ ਮੈਜਿਕ ਕਿਸ ਤਰੀਕੇ ਨਾਲ ਚੱਲ ਰਿਹਾ ਜਾਂ ਚੱਲ ਵੀ ਰਿਹਾ ਅਤੇ ਫਿਰ ਕਿਵੇਂ ਅੱਗੇ ਚੱਲੇਗਾ, 2020 ਦੇ ਵਿੱਚ ਜਿਹੜੀ ਇਲੈਕਸ਼ਨ ਹੋਣਗੀ ਪ੍ਰੈਜ਼ੀਡੈਂਟਸ਼ਿਪ ਦੀ ਤਾਂ ਉੱਥੇ ਕੀ ਟਰੰਪ ਦਾ ਮੈਜਿਕ ਕੰਮ ਆਏਗਾ, ਜੇ ਕੰਮ ਆਉਂਦਾ ਵੀ ਹੈ ਤਾਂ ਉਹ ਸਿੱਖਾਂ ਦੇ ਲਈ ਕਿੰਨੇ ਵੱਡੇ ਪੱਧਰ 'ਤੇ ਕੰਮ ਆਊਗਾ, ਵੱਡਾ ਸਵਾਲ ਬਣਦਾ। ਇਸ ਦੇ ਉੱਤੇ ਜਵਾਬ ਦੇਣ ਦੇ ਲਈ ਮੈਂ ਤੁਹਾਨੂੰ ਤਾਰੁਫ ਕਰਾ ਦੇਵਾਂ, ਮੇਰੇ ਨਾਲ ਅੱਜ ਇਸ ਮੰਚ ਦੇ ਉੱਤੇ ਮੌਜੂਦ ਹਨ ਸਤਬੀਰ ਸਿੰਘ ਬੇਦੀ, ਜੋ ਕਿ ਡਾਇਰੈਕਟਰ ਹਨ ਮਨੋਰਿਟੀ ਅਫੇਅਰਸ ਟਾਊਨ ਆਸਟਰਬੇ ਨਿਊਯਾਰਕ ਦੇ। ਉਹਨਾਂ ਦਾ ਮੈਂ ਨਿੱਘਾ ਸਵਾਗਤ ਕਰਦਾ। ਸਤਬੀਰ ਵੀ, ਵੈਲਕਮ ਯੂ ਔਨ ਆਰ ਸ਼ੋਅ ਅੱਜ ਦਾ ਮੁੱਦਾ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਕੀਰਤ ਜੀ, ਫਸਟ ਐਂਡ ਫੋਰਮੋਸਟ ਬੜੀ ਬੜੀ ਵਧਾਈਆਂ ਤੁਹਾਨੂੰ, ਬੜੇ ਸੋਹਣੇ ਸੋਹਣੇ ਸ਼ੋਅ ਤੁਸੀਂ ਲਿਆ ਰਹੇ ਹੋ ਸਾਡੇ ਲਈ ਤੇ ਬੜੀ ਇਨਫੋਰਮੇਟਿਵ ਸ਼ੋਅ ਲਿਆ ਰਹੇ ਹੋ।
जी, वाहेगुरु जी का खालसा, वाहेगुरु जी की फतेह। जी सतबीर जी, जिम्मेवारी बन जाती है साड़ी कि जिस मुल्क दे विच आके वसदे हाँ, साढ़े दर्शकों नूं उहदे बारे भी असी जानकारी देईए। हाँ जी, एब्सोल्युटली। सो सतबीर, मैं जानना चाहुंना कि हवा हैगी है मार्केट दे विच हाल फिलहाल दे विच, डोनाल्ड ट्रंप इंपीच्ड होए, और जेकर मैं उन्हां दे 3.5 साल दे कार्यकाल की गल करां ते किस तरीके दा उन्हां दा कार्यकाल रहा, और अगे इलेक्शन होने वाले ने ते की माहौल तुहानूं दिसदा होया नजर आ रहा? ਦੇਖੋ ਜੀ, ਇੰਪੀਚਮੈਂਟ ਦੇ ਬਾਰੇ ਤਾਂ ਥੋੜੀ ਗੱਲ ਕਰਾਂਗੇ। ਜਿੱਥੇ ਜਿਹੜਾ ਵੀ ਸੁਣਦਾ ਕਿ ਡੋਨਲਡ ਟਰੰਪ ਇੰਪੀਚ ਹੋ ਗਿਆ, ਇੰਪੀਚ ਹੋ ਗਿਆ, ਇੰਪੀਚ ਦਾ ਮਤਲਬ ਹੈ ਨਹੀਂ ਕਿ ਬੰਦੇ ਨੂੰ ਬਾਹਰ ਨਿਕਾਲਤਾ ਗਿਆ। ਇੰਪੀਚ ਦਾ ਮਤਲਬ ਮੋਸਟਲੀ ਹੈ ਕਿ ਓਫੀਸ਼ੀਅਲ ਚਾਰਜਸ ਲਗਾਏ ਗਏ ਆ ਬੰਦੇ ਤੇ, ਤੇ ਹੁਣ ਨੈਕਸਟ ਹਾਊਸ ਆਫ ਸੈਨੇਟ ਤੇ ਜਦੋਂ ਜਾਏਗਾ ਉੱਥੇ ਉਹਦੀ ਹੀਅਰਿੰਗ ਹੋਏਗੀ ਤੇ ਉਹਨੀ ਡਿਸਾਈਡ ਕਰਨਗੇ। ਸੋ ਇੰਪੀਚਮੈਂਟ ਸਾਡੇ ਥਰਡ ਪ੍ਰੈਜੀਡੈਂਟ ਹਨ ਜਿਹੜੇ ਇੰਪੀਚ ਹੋਏ ਆ। ਹੁਣ ਅੱਗੇ ਜਾ ਕੇ ਨੈਕਸਟ ਇਲੈਕਸ਼ਨ ਤੇ ਕੀ ਫਰਕ ਪੈਂਦਾ ਉਹ ਵੀ ਲਾਗੂ ਕਰਦਾ ਇੰਪੀਚਮੈਂਟ ਤੇ। ਬਟ ਜੋ ਜੋ ਹੋਇਆ ਲਾਸਟ 3 ਸਾਲਾਂ ਸਾਡੇ ਸਾਡੇ ਲਈ, ਅਮੈਰੀਕਨ ਲਈ, ਅਸੀਂ ਅਮੈਰੀਕਨ ਸਿਟੀਜ਼ਨ ਹਾਂ, ਸਾਡੇ ਲਈ ਕੀ ਹੋਇਆ, ਬੜਾ ਚੰਗਾ ਵੀ ਹੋਇਆ, ਮਾੜਾ ਵੀ ਹੋਇਆ। ਚੰਗਾ ਕੀ ਹੋਇਆ ਕਿ ਇਕਾਨਮੀ ਸਾਡੀ ਬੜੀ ਚੰਗੀ ਗਈ ਹੈ। ਹੁਣ ਚਾਈਨਾ ਤੇ ਉਹਨੇ ਟੈਰਿਫ ਪਾਰੇ ਕਿ ਜਿਹੜੇ ਜਿਹੜੇ ਵੀ ਆ 15% ਦੇਣਗੇ, ਪਰ ਮਹੀਨੇ ਡੇਢ ਦੇ ਵਿੱਚ ਹੀ, 2 ਮਹੀਨਿਆਂ ਦੇ ਵਿੱਚ ਹੀ ਉਹੀ ਟੈਰਿਫ ਹੁਣ ਚਾਈਨਾ ਇੱਥੋਂ ਦੀ $50 ਬਿਲੀਅਨ ਦੀ ਐਗਰੀਕਲਚਰਲ ਸਪਲਾਈ ਲਏਗਾ। ਸੋ ਇਹ ਸਾਰੀ ਸ਼ਤਰੰਜ ਦੀ ਗੇਮ ਹੈਗੀ ਹੈ ਜਿਹੜੀ ਟਰੰਪ ਖੇਡਦੇ ਆ। ਉੱਪਰੋਂ ਦੀ ਜਿਹੜਾ ਇਕਾਨਮੀ ਹੈ ਚੰਗੀ ਜਾ ਰਹੀ ਹੈ, ਪਰ ਨੈਗੇਟਿਵ ਇਫੈਕਟ ਕੀ ਹੋ ਰਿਹਾ ਕਿ ਸਾਰੇ ਚੁੱਪ ਬੈਠੇ ਸੀ, ਸਾਰੇ ਗੋਰੇ ਸਾਡੇ ਚੁੱਪ ਬੈਠੇ ਸੀ, ਮੇਰਾ ਅਮੈਰੀਕਾ 'ਚ ਕੁਛ ਹੇਟਰੇਡ ਇੰਨੀ ਖਾਸ ਨਹੀਂ ਸੀ। ਹੁਣ ਕੀ ਹੋ ਗਿਆ ਕਿ ਸਾਰੇ ਜਿਹੜੇ ਵੀ ਬਰਾਊਨ ਸਕਿਨ ਬੰਦਿਆਂ ਨੂੰ ਦੇਖਦੇ ਆ, ਵੈਦਰ ਸਿੱਖ ਹਨ, ਹਿੰਦੂ ਹਨ, ਜਿਹੜੇ ਵੀ ਹਨ, ਉਹ ਥੋੜਾ ਜਿਹਾ ਅਫੈਕਟ ਆ ਗਿਆ। ਪਰ ਕੋਈ ਵੱਡੀ ਵੀ ਗੱਲ ਨਹੀਂ, ਬਿਕੋਜ਼ 4 ਸਾਲਾਂ 'ਚ ਅਗਰ ਲੈਟਸ ਸੇ ਪ੍ਰੈਜ਼ੀਡੈਂਟ ਟਰੰਪ ਦੁਬਾਰਾ ਤੋਂ ਆ ਜਾਂਦਾ, ਉਸ ਤੋਂ ਬਾਅਦ ਉਹਨੂੰ ਜਾਣਾ ਹੀ ਪੈਣਾ ਹੈ, ਕਿਉਂਕਿ 2 ਟਰਮ ਤੋਂ ਜ਼ਿਆਦਾ ਤਾਂ ਜਾ ਨਹੀਂ ਸਕਦਾ ਅੱਗੇ ਜੀ। ਸੋ ਫਰਕ ਇੰਨਾ ਨਹੀਂ ਪੈਂਦਾ, ਪਰ ਸਾਡੇ ਉੱਪਰ ਹੈ ਅਸੀਂ ਕਿੱਦਾਂ ਉਹਨੂੰ ਬੈਨੀਫਿਟ 'ਚ ਲੈਂਦੇ ਹਾਂ, ਕਿੱਦਾਂ ਅਸੀਂ ਐਜੂਕੇਟ ਕਰਦੇ ਹਾਂ ਬੱਚਿਆਂ ਨੂੰ। ਬਟ ਸਤਬੀਰ, ਵੈਨ ਇਟ ਕਮਸ ਟੂ ਮਿਨੋਰਿਟੀਜ਼, ਤੁਸੀਂ ਮਿਨੋਰਿਟੀਜ਼ ਦੀ ਨੁਮਾਇੰਦਗੀ ਕਰਦੇ ਹੋ ਨਿਊਯਾਰਕ ਦੇ ਵਿੱਚ, ਅਤੇ ਸਿੱਖਾਂ ਦੇ ਲਈ ਜੇਕਰ ਮੈਂ ਗੱਲ ਕਰਾਂ, ਸਾਡੇ ਲਈ ਕਿੰਨੇ ਕੁ ਵਚਨਬੰਧ ਹੋਣਗੇ, ਕਿੰਨੇ ਕੁ ਪ੍ਰੋਗਰੈਸਿਵ ਹੋਣਗੇ ਡੋਨਲਡ ਟਰੰਪ ਆਉਣ ਵਾਲੇ ਸਮੇਂ ਦੇ ਵਿੱਚ? ਮੈਨੂੰ ਅਗਰ ਪੁੱਛੋ ਤਾਂ ਮੈਂ ਕਹਿਣਾ ਕਿ ਜਿਹੜੇ ਵੀ ਗਵਰਨਮੈਂਟ 'ਚ ਬੰਦੇ ਆ ਉਹਨਾਂ ਨੂੰ ਸਿੱਖਾਂ ਬਾਰੇ ਬੜਾ ਪਤਾ ਹੈ। ਹਰ ਬੰਦਾ, ਤੁਸੀਂ ਜਿਹਨੂੰ ਵੀ ਮਰਜ਼ੀ ਰੋਕ ਲਓ ਤੇ ਪੁੱਛ ਲਓ ਸਿੱਖ ਕੌਣ ਹੈ, ਵੈਰੀ ਇੰਪੋਰਟੈਂਟ ਕਿ 9 out of 10 ਬੰਦਿਆਂ ਨੂੰ ਪਤਾ ਹੋਏਗਾ ਸਿੱਖ ਕੌਣ ਹੈ, ਜਿਹੜੇ ਗਵਰਨਮੈਂਟ 'ਚ ਰਹਿ ਚੁੱਕੇ 5-10 ਸਾਲ। ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਨਹੀਂ ਪਤਾ, ਬਟ ਮੋਸਟ ਲਾਈਕਲੀ ਸਿੱਖਾਂ ਨੂੰ ਇਫੈਕਟ ਇੰਨਾ ਨਹੀਂ ਹੁੰਦਾ। ਪਰ ਆਬਵੀਅਸਲੀ ਗਵਰਨਮੈਂਟ ਹੈਗੀ ਹੈ, ਮੈਨੂੰ ਜਦੋਂ ਇਹਨਾਂ ਨੇ ਕਮਿਸ਼ਨਰ ਬਣਾਇਆ ਮਾਈਨੋਰਟੀ ਅਫੇਅਰ ਦਾ, ਬੜਾ ਟਫ ਸੀਗਾ ਅੰਦਰ ਜਾਣਾ, ਰਾਈਟ? ਬਿਕੋਜ਼ ਸਰਦਾਰ ਹੋ ਕੇ ਪਗੜੀ ਪਾ ਕੇ ਅੰਦਰ ਜਾਣਾ, ਟੈਲੀ ਇੰਦਰਾਨ ਟਾਊਨ ਹੈਗਾ ਮੇਰਾ। ਸੋ ਗਵਰਨਮੈਂਟ 'ਚ ਕੀ ਹੁੰਦਾ ਕਿ ਮੈਂ ਤਾਂ ਆਪਣੇ ਯੰਗਸਟਰਸ ਨੂੰ ਆਲਵੇਜ਼ ਕਹਿੰਦਾ ਕਿ ਅੱਗੇ ਵਧੋ, ਜਾਬਾਂ ਲਓ, ਅੱਗੇ ਵਧੋ, ਬਿਕੋਜ਼ ਫਿਊਚਰ ਤੁਹਾਡਾ ਹੈਗਾ, ਤੁਸੀਂ ਕਿੱਦਾਂ ਕੰਟਰੋਲ ਕਰਨਾ। ਰਿਪਬਲਿਕਨ ਪਾਰਟੀ ਹੋਵੇ ਜਾਂ ਡੈਮੋਕ੍ਰੈਟਿਕ ਪਾਰਟੀ ਹੋਵੇ, ਫਾਇਦਾ ਉਦੋਂ ਹੀ ਹੈ ਸਿੱਖਾਂ ਨੂੰ ਜਦੋਂ ਅਸੀਂ ਅੱਗੇ ਵਧਾਂਗੇ ਇਸ ਪੋਲੀਟੀਕਲ ਪਾਰਟੀ। ਆਈ ਥਿੰਕ ਇਟਸ ਅ ਵੈਰੀ ਵੈਲਿਡ ਪੁਆਇੰਟ, ਔਰ ਮੈਂ ਇਹ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ, ਜਿਹੜੇ ਅੱਜ ਸਾਨੂੰ ਲੀਡਰ ਸੁਣ ਰਹੇ ਨੇ, ਭਾਵੇਂ ਉਹ ਲੀਡਰ ਵੱਖ ਵੱਖ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ, ਭਾਵੇਂ ਉਹ ਲੀਡਰ ਗੁਰਦੁਆਰੇ ਦੀ ਕਮੇਟੀ ਦੇ ਨਾਲ ਸੰਬੰਧ ਰੱਖਦੇ ਨੇ, ਅਤੇ ਉਹ ਕਿਵੇਂ ਹੈਲਪ ਕਰ ਸਕਦੇ ਨੇ ਮੇਕਿੰਗ ਅ ਕਮਿਊਨਿਟੀ ਮੋਰ ਸਟਰੋਂਗਰ ਐਂਡ ਮੋਰ ਪ੍ਰੋਗਰੈਸਿਵ, ਅਤੇ ਕਿਵੇਂ ਆਪਾਂ ਜੋਬ ਲੈ ਸਕਦੇ ਹਾਂ, ਥੋੜ੍ਹਾ ਜਿਹਾ ਉਸ ਬਾਰੇ ਸਾਨੂੰ ਜਾਣਕਾਰੀ ਦੇਵੋ। ਦੇਖੋ ਜੀ, ਆਲਰੇਡੀ ਸਟਾਰਟ ਹੋ ਚੁੱਕਾ, ਪਹਿਲਾਂ ਪੁਲਿਸ ਵਾਲਿਆਂ ਨੂੰ ਪਗੜੀਆਂ ਨਹੀਂ ਪਾਉਣ ਦਿੰਦੇ ਸੀ, ਹੁਣ ਪਾਉਣ ਦਿੰਦੇ ਆ। ਸਾਡੇ ਅਗਰ ਪੇਰੈਂਟਸ ਨੂੰ ਪੁੱਛੋ, ਪੇਰੈਂਟਸ ਕਹਿੰਦੇ ਆ ਯਾਰ ਕੀ ਜੋਬ ਕਰਨਾ ਟਾਊਨ ਦੇ ਵਿੱਚ, ਕੀ ਜੋਬ ਕਰਨਾ ਤੁਸੀਂ ਗਵਰਨਮੈਂਟ 'ਚ, ਪੈਸੇ ਥੋੜੇ ਹੈ। ਸੋ ਹਰ ਮਾਂ ਪਿਓ ਕਹਿੰਦੇ ਆ ਕਿ ਮੇਰਾ ਬੱਚਾ ਵਧੇ ਅੱਗੇ, ਤੇ ਪਰ ਉਹਨਾਂ ਨੂੰ ਵਧਣ ਦੀ ਦਿਮਾਗ 'ਚ ਹੈ ਕਿ ਪੈਸੇ ਬਣਾਏ ਚੰਗੇ, ਰਾਈਟ? ਬਟ ਇੰਪੋਰਟੈਂਟ ਕੀ ਹੈ ਕਿ ਲੋਕਾਂ ਨੂੰ ਨਹੀਂ ਪਤਾ ਕਿ 10 ਸਾਲ ਅਗਰ ਤੁਸੀਂ ਗਵਰਨਮੈਂਟ ਲਈ ਕੰਮ ਕਰੋ, ਤੁਹਾਡੀ ਪੈਨਸ਼ਨ ਇੰਡੀਆ 'ਚ ਵੀ ਰਹੀ ਹੈ, ਇੰਡੀਆ 'ਚ ਵੀ ਤੁਸੀਂ ਗਵਰਨਮੈਂਟ ਲਈ ਕੰਮ ਕਰੋ, ਬੜੀ ਚੰਗੀ ਤਕੜੀ ਪੈਨਸ਼ਨ ਮਿਲਦੀ ਹੈ, ਇੱਥੇ ਵੀ ਉਹੀ ਹਿਸਾਬ ਹੈ। 10 ਸਾਲ ਤੋਂ ਬਾਅਦ ਤੁਹਾਨੂੰ ਮੈਡੀਕਲ ਫ੍ਰੀ ਮਿਲਦਾ ਹੈ, ਪੈਨਸ਼ਨ ਮਿਲਦੀ ਹੈ, ਇਹ ਠੀਕ ਹੈ। ਜਦੋਂ ਤੁਸੀਂ 1 ਸਾਲ ਕਰੋਗੇ, 2 ਸਾਲ ਕਰੋਗੇ, ਫਿਰ ਲੈਡਰ ਆਪੇ ਹੀ ਕਲਾਈਮ ਕਰੋਗੇ, ਆਬਵੀਅਸਲੀ ਯੂ ਵਿਲ ਮੇਕ ਬੈਟਰ ਐਂਡ ਬੈਟਰ ਐਂਡ ਬੈਟਰ ਮਨੀ। ਬਟ ਐਂਡ ਆਫ ਦਾ ਡੇ, ਜਦ ਤੱਕ ਅਸੀਂ ਆਪਣਾ ਪੈਰ ਨਹੀਂ ਰੱਖਦੇ, ਹਾਂ ਕਿੱਦਾਂ ਜਾਬ ਕਿੱਦਾਂ ਮਿਲਦੇ ਆ, ਵਾਲੰਟੀਅਰ ਕਰੋ,
ਜਦੋਂ ਇਲੈਕਸ਼ਨ ਆਉਂਦੇ ਆ, ਜਦੋਂ ਵੀ ਕੁਛ ਹੁੰਦਾ, ਮੈਂ ਮਿਨੋਰਟੀ ਅਫੇਅਰ ਦਾ ਡਾਇਰੈਕਟਰ ਹਾਂ, ਕਾਲ ਕਰੋ ਸਾਨੂੰ, ਸਾਨੂੰ ਕਹੋ ਯਾਰ ਅਸੀਂ ਵਾਲੰਟੀਅਰ ਕਰਨਾ ਹੈ, ਅਸੀਂ ਕਿੱਦਾਂ ਕਰੀਏ, ਸਾਡੇ ਕੋਲ ਇੰਨਾ ਟਾਈਮ ਹੈਗਾ, ਕਿੱਥੇ ਅਸੀਂ ਲੱਗੀਏ। ਜਦੋਂ ਬੰਦਾ ਤੁਹਾਨੂੰ ਜਾਣ ਜਾਏਗਾ, ਆਬਵੀਅਸਲੀ ਰਸਤਾ ਖੁੱਲ ਜਾਏਗਾ। ਮੇਰੀ ਪਹਿਲੀ ਕੰਡੀਸ਼ਨ ਆਈ ਸੀ ਜਦੋਂ ਮੈਨੂੰ ਡਾਇਰੈਕਟਰ ਬਣਾਇਆ ਗਿਆ ਮਿਨੋਰਟੀ ਅਫੇਅਰ ਦਾ, ਕਿ 5 ਤੋਂ 10 ਬੰਦੇ, ਜਦੋਂ ਮੈਂ ਫੁੱਲ ਟਾਈਮ ਹੋ ਗਿਆ, 5 ਤੋਂ 10 ਬੰਦੇ ਮੈਂ 2 ਸਾਲਾਂ ਦੇ ਵਿੱਚ ਆਪਣੇ ਲਗਾਵਾਂਗਾ, ਉਹਦੇ ਚੋਂ 5 ਕੁੜੀਆਂ ਹੋਣਗੀਆਂ ਤੇ 5 ਮੁੰਡੇ ਹੋਣਗੇ। ਰਾਈਟ, ਵੈਰੀ ਇੰਪੋਰਟੈਂਟ। ਰਾਈਟ, ਆਈ ਥਿੰਕ ਦੈਟਸ ਵੈਰੀ ਗੁੱਡ ਸਟੈਪ ਸਤਵੀਰ। ਸਤਵੀਰ, ਮੈਂ ਇੱਕ ਗੱਲ ਹੋਰ ਜਾਣਾ ਚਾਹਾਂਗਾ, ਬੈਕ ਟੂ ਦਾ ਪੁਆਇੰਟ, ਬੈਕ ਟੂ ਦਾ ਸੇਮ ਇਸ਼ੂ। ਮੈਂ ਅਗਰ ਡੋਨਲਡ ਟਰੰਪ ਦੀ ਗੱਲ ਕਰ ਲਵਾਂ, ਤੇ ਹਾਲ ਫਿਲਹਾਲ ਦੇ ਵਿੱਚ ਜੋ ਸਿਆਸੀ ਹਵਾਵਾਂ ਚੱਲ ਰਹੀਆਂ ਹਨ ਅਮਰੀਕਾ ਦੇ ਵਿੱਚ, ਤੇ ਕਈ ਸਾਰੀ ਖਬਰਾਂ ਇਹ ਵੀ ਸਾਹਮਣੇ ਆਈਆਂ ਸੀਗੀਆਂ ਸੋਰਸਿਸ ਵੱਲੋਂ ਕਿ ਡੋਨਲਡ ਟਰੰਪ ਜਿਹੜੇ ਨੇ ਉਹ ਇਮੀਗ੍ਰੈਂਟਸ ਨੂੰ ਜਿਹੜੇ ਨੇ ਉਹ ਜ਼ਿਆਦਾ ਤਵੱਜੋ ਨਹੀਂ ਦਿੰਦੇ, ਜ਼ਿਆਦਾ ਉਹਨਾਂ ਨੂੰ ਸਪੋਰਟ ਨਹੀਂ ਕਰਦੇ। ਹੀ ਥਿੰਕਸ ਅਬਾਊਟ ਮੋਰ ਵਾਈਟ ਪੀਪਲ, ਹੀ ਥਿੰਕਸ ਅਬਾਊਟ ਮੋਰ ਪੀਪਲ, ਯੂ ਨੋ, ਦੋਜ਼ ਹੂ ਆਰ ਲਿਵਿੰਗ ਹੇਅਰ। ਸੋ ਹੀ ਵਾਂਟ ਟੂ ਕ੍ਰੀਏਟ ਜੋਬ ਫੋਰ ਦੈਮ। ਬਟ ਹਾਓ ਅਬਾਊਟ ਇਮੀਗ੍ਰੈਂਟਸ, ਉਹਨਾਂ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਡੋਨਲਡ ਟਰੰਪ ਦੀ ਜਿਹੜੀ ਉਹ ਕੀ ਮਾਨਸਿਕਤਾ ਹੈਗੀ ਹੈ, ਕੀ ਆਈਡੀਓਲੋਜੀ ਹੈਗੀ ਹੈ? ਬਿਕੋਜ਼ ਸਿੰਸ ਯੂ ਹੈਵ ਵੈਰੀ ਮੱਚ ਗੁੱਡ ਰਿਲੇਸ਼ਨਸ਼ਿਪ ਵਿਦ ਰਿਪਬਲਿਕਨ ਐਂਡ ਡੈਮੋਕ੍ਰੈਟਿਕ ਪਾਰਟੀਜ਼ ਐਜ਼ ਵੈਲ। ਵੈਲ, ਦੇਖੋ ਜੀ, ਡੋਨਲਡ ਟਰੰਪ ਆਬਵੀਅਸਲੀ ਜਦੋਂ ਉਹਨੇ ਪਹਿਲਾਂ ਆਪਣੇ ਪਹਿਲੇ ਇਲੈਕਸ਼ਨ ਤੇ ਜਦੋਂ ਜਿੱਤਿਆ ਤੇ ਜਦੋਂ ਰਨ ਕਰ ਰਿਹਾ ਸੀ, ਉਹਨੇ ਕਿਹਾ ਮੇਕ ਅਮੈਰੀਕਾ ਗ੍ਰੇਟ ਅਗੇਨ। ਰਾਈਟ, ਗ੍ਰੇਟ ਦਾ ਅਗੇਨ ਦਾ ਮਤਲਬ ਕੀ ਹੈ ਤੇ ਗ੍ਰੇਟ ਦਾ ਮਤਲਬ ਕੀ ਹੈ? ਗ੍ਰੇਟ ਦਾ ਮਤਲਬ ਤੇ ਅਗੇਨ ਦਾ ਮਤਲਬ ਅਗਰ ਰੀਅਲ ਰੂਟ ਵਿੱਚ ਦੇਖਿਆ ਜਾਵੇ ਤਾਂ ਉਹੀ ਹੋ ਗਿਆ ਕਿ ਗੋਰਿਆਂ ਦਾ ਕੰਟਰੀ ਹੈ ਤੇ ਗੋਰੇ ਹੀ ਅੱਗੇ ਆਣੇ ਚਾਹੀਦੇ ਆ, ਤੇ ਐਚ ਉਹ ਹੋ ਰਿਹਾ ਨਹੀਂ, ਠੀਕ ਹੋ ਰਿਹਾ, ਉਹਦਾ ਮਤਲਬ ਇਹੀ ਸੀ। ਆਬਵੀਅਸਲੀ ਡਾਇਰੈਕਟਲੀ ਕੋਈ ਨਹੀਂ ਪੋਲਿਟਿਕਸ ਵਿੱਚ ਕਹਿੰਦਾ ਕਿ ਕਿਹੜਾ ਕੀ ਮਤਲਬ ਹੈ, ਪੋਲਿਟਿਕਸ ਗੇਮ ਹੀ ਇਦਾਂ ਦੀ ਹੈ। ਠੀਕ ਹੈ, ਪਰ ਜੀ, ਯੂ ਰਾਈਟ, ਯੂ ਐਬਸੋਲੂਟਲੀ ਰਾਈਟ, ਗੋਰਿਆਂ ਦੇ ਲਈ ਉਹ ਬੜਾ ਕੁਝ ਕਰ ਰਿਹਾ। ਰਾਈਟ ਰਾਈਟ, ਪਰ ਐਟ ਦਾ ਸੇਮ ਟਾਈਮ ਅਗਰ ਤੁਸੀਂ ਰੀਲੀ ਦੇਖੋ, ਵੈਦਰ ਯੂ ਡੈਮੋਕ੍ਰੈਟ ਔਰ ਰਿਪਬਲਿਕਨ, ਸਾਡੇ ਪੰਜਾਬੀ, ਸਾਡੇ ਸਰਦਾਰ ਬੜੇ ਅੱਗੇ ਆ ਰਹੇ ਹੈ, ਲੇਡੀਜ਼ ਵੀ ਆ ਰਹੀਆਂ, ਮੈਨ ਵੀ ਆ ਰਹੇ ਹੈ, ਤੇ ਇਲੈਕਸ਼ਨ ਜਿੱਤ ਰਹੇ ਹੈ। ਐਂਡ ਆਈ ਥਿੰਕ ਫੋਰ ਦੈਮ ਆਲਸੋ, ਕਿ ਮੈਨੂੰ ਲੱਗਦਾ ਕਿ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਾਡੀ ਹੁਣ ਕਮਿਊਨਿਟੀ ਲਈ ਹੈ ਉਹ ਹੈਗਾ ਕਿ ਗੋ ਆਊਟ ਐਂਡ ਵੋਟ ਐਂਡ ਰਜਿਸਟਰ ਯੂਰ ਸੈਲਫ ਫੋਰ ਵੋਟਿੰਗ। ਡੂ ਯੂ ਐਗਰੀ ਔਨ ਦਿਸ ਸਤਬੀ? ਯੂ ਆਰ 100% ਰਾਈਟ ਕਿ ਤੁਸੀਂ ਜਿਹੜੀ ਵੋਟਿੰਗ ਦੀ ਗੱਲ ਕੀਤੀ ਹੈ ਨਾ, ਸਾਡੇ ਅਗਰ 10 ਬੰਦੇ ਆ ਨਾ ਪਬਲਿਕ, ਲੈਟਸ ਸੇ ਸਾਡਾ ਤਕਰੀਬਨ 5-6 ਲੱਖ ਬੰਦੇ ਦੇ ਵਿੱਚ ਹੈਗਾ ਇਸ ਟਾਈਮ ਸਰਦਾਰ ਜਿਹੜੇ ਸਿੱਖ ਹੈਗੇ ਆ, ਰਾਈਟ, 5-6 ਲੱਖ ਦੇ ਵਿੱਚੋਂ ਮੈਂ ਕਹਾਂਗਾ 1 ਲੱਖ ਵੀ ਰਜਿਸਟਰਡ ਨਹੀਂ ਹੈ, ਰਾਈਟ, ਤੇ ਅਗਰ ਰਜਿਸਟਰ ਹਨ ਉਸ ਲੱਖ ਚੋਂ ਬੜੇ ਘੱਟ ਨੰਬਰ ਵੋਟ ਕਰਨ ਜਾਂਦੇ ਆ। ਦੇਖੋ ਜੀ, ਗੋਰਿਆਂ ਦਾ ਜਦੋਂ ਮੈਂ ਟਾਉਣ ਚ ਆਇਆ, ਉਹਨਾਂ ਨੇ ਪਹਿਲਾ ਕੁਐਸਚਨ ਪੁੱਛਿਆ ਕਿ ਯਾਰ ਤੁਹਾਡੇ ਬੰਦੇ ਵੋਟ ਕਿਉਂ ਨਹੀਂ ਕਰਦੇ? ਰਾਈਟ ਰਾਈਟ, ਆਈ ਥਿੰਕ ਇਹ ਸਾਡੇ ਜਿੰਨੇ ਵੀ ਲੀਡਰਸ਼ਿਪ ਹੈਗੀ ਹੈ, ਸੀਨੀਅਰ ਲੀਡਰਸ਼ਿਪ, ਭਾਵੇਂ ਉਹ ਡੈਮੋਕ੍ਰੈਟਸ ਹੋਣ ਰਿਪਬਲਿਕ ਹੋਣ, ਉਹਨਾਂ ਨੂੰ ਇਹ ਪਤਾ ਕਿ ਸਿੱਖਾਂ ਦੀ ਵੋਟ ਹੀ ਨਹੀਂ ਹੈਗੀ। ਉਹਨਾਂ ਨੂੰ ਇਹ ਪਤਾ ਕਮਿਊਨਿਟੀ ਜਿਹੜੀ ਹੈਗੀ ਹੈ ਉਹ ਬੜੀ ਹੀ ਸ਼ਾਨਦਾਰ ਕਮਿਊਨਿਟੀ ਹੈ, ਬੜੀ ਹੀ ਦਿਲ ਖੋਲ ਕਮਿਊਨਿਟੀ ਹੈਗੀ ਹੈ, ਪਰ ਵੋਟਾਂ ਨਹੀਂ ਹੈਗੀ ਇਹਨਾਂ ਦੀ। ਪੈਸੇ ਜਦੋਂ ਉਹਨਾਂ ਨੂੰ ਚਾਹੀਦੇ ਆ, ਉਹਨੀ ਰਾਈਟ ਵੇ ਆ ਜਾਂਦੇ ਆ। ਰਾਈਟ ਰਾਈਟ, ਜਿਹੜਾ ਵੀ ਡੈਮੋਕ੍ਰੈਟ ਹੋਵੇ ਜਾਂ ਰਿਪਬਲਿਕਨ ਹੋਵੇ, ਉਹਨਾਂ ਨੂੰ ਪਤਾ ਹੈ ਕਿ ਸਿੱਖ ਕਮਿਊਨਿਟੀ ਕੋਲ ਪੈਸਾ ਬੜਾ ਹੈ, ਰਾਈਟ ਅਵੇ ਆ ਜਾਂਦੇ ਆ। ਅਸੀਂ ਵੀ ਫੋਟੋ ਖਿਚਾਉਣ ਲਈ ਅਸੀਂ ਪੈਸੇ ਦਿੰਦੇ ਰਹਿੰਦੇ ਆ। ਰਾਈਟ, ਮੈਂ ਆਪਣੀ ਪਬਲਿਕ ਨੂੰ ਇਹ ਕਹਿਣਾ ਚਾਹਾਂਗਾ ਕਿ ਪੈਸੇ ਇੰਪੋਰਟੈਂਟ ਨਹੀਂ ਹੈ, ਸਭ ਤੋਂ ਪਹਿਲਾਂ ਇੰਪੋਰਟੈਂਸ ਤੁਹਾਡਾ ਪਹਿਲਾ ਅਮੈਂਡਮੈਂਟ ਰਾਈਟ ਜਿਹੜਾ ਕਨਸਟੀਟਿਊਸ਼ਨ ਦਾ, ਇਜ਼ ਦਾ ਰਾਈਟ ਟੂ ਵੋਟ। ਰਾਈਟ, ਕਨਸਟੀਟਿਊਸ਼ਨ ਇੱਕ ਵਾਰੀ ਪੜ੍ਹ ਕੇ ਦੇਖੋ, ਤੁਹਾਡੇ ਹੱਥ ਵਿੱਚ ਸਿਟੀਜ਼ਨਸ ਵਿੱਚ ਇੰਨੀ ਪਾਵਰ ਹੈ, ਪਰ ਪਹਿਲੀ ਪਾਵਰ ਅਗਰ ਤੁਸੀਂ ਐਕਸੀਕਿਊਟ ਨਹੀਂ ਕਰਦੇ ਵੋਟਿੰਗ ਦੀ, ਰਾਈਟ, ਤੁਹਾਡੇ ਹੱਥ ਵਿੱਚ ਕੁਛ ਨਹੀਂ ਹੈ। ਰਾਈਟ, ਕਿਉਂਕਿ ਜਦੋਂ ਨੰਬਰ ਜਦੋਂ ਡੈਮੋਕ੍ਰੈਟਿਕ ਕਰਦੇ ਆ ਨਾ ਇਲੈਕਸ਼ਨ ਤੋਂ ਬਾਅਦ, ਦੱਸਦੇ ਆ ਕਿ ਇਹ ਮਿਨੋਰਟੀ ਨੇ ਇੰਨੀ ਵੋਟ ਦਿੱਤੀ, ਚਾਈਨੀਜ਼ ਤੁਸੀਂ ਬਲੀਵ ਨਹੀਂ ਕਰੋਗੇ, ਚਾਈਨੀਜ਼ ਕਮਿਊਨਿਟੀ ਬੜੀ ਵੋਟ ਕਰਦੀ ਹੈ। ਐਂਡ ਦੈਟਸ ਵਾਈ ਵੀ ਕੈਨ ਸੀ ਲੋਟਸ ਆਫ ਚਾਈਨੀਜ਼ ਇਨ ਦੇਅਰ ਐਡਮਿਨਿਸਟ੍ਰੇਸ਼ਨ ਟੂ। ਹਾਂਜੀ, ਅ ਲਾਟ ਆਫ ਚਾਈਨੀਜ਼ ਹੈ। ਦੈਟਸ ਦ ਮੇਨ ਥਿੰਗ, ਰਾਈਟ। ਅੱਛਾ, ਹੁਣ ਸਾਡੇ 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 ਪੰਜਾਬੀ, ਸਾਡੇ ਸਿੱਖ ਕਿੰਨਾ ਨਿਊਯਾਰਕ ਸਿਟੀ ਚ ਗਵਰਨਮੈਂਟ ਕੰਟਰੈਕਟ ਲੈ ਰਹੇ ਆ, ਕੰਸਟਰਕਸ਼ਨ ਦੇ ਲੈ ਰਹੇ ਆ, ਬੜੇ ਸਕਸੈਸਫੁਲ ਬੰਦੇ ਆ, ਯੰਗ ਯੰਗ ਅਡਲਟ ਤੋਂ ਲੈ ਕੇ ਵੱਡੇ, ਤੇ ਅਨਫੋਰਚੁਨੇਟਲੀ ਜਿਹੜੇ ਵੋਟ ਨਹੀਂ ਕਰਦੇ ਪਏ ਨਾ, ਉਹਨਾਂ ਨੂੰ ਰਸਤਾ ਕਦੀ ਨਹੀਂ ਪਤਾ ਲੱਗੇਗਾ। ਇਟ ਅਫੈਕਟਸ ਐਵਰੀਥਿੰਗ, ਬਿਜ਼ਨਸ ਤੋਂ ਲੈ ਕੇ, ਸਾਡੇ ਰਾਈਟਸ ਤੋਂ ਲੈ ਕੇ, ਸਾਡੇ ਫਰੀਡਮ ਤੋਂ ਲੈ ਕੇ, ਫਰੀਡਮ ਤਾਂ ਹੈ ਸਾਨੂੰ, ਪਰ ਜਦੋਂ ਵੋਟ ਕਰੋਗੇ ਤੁਹਾਨੂੰ ਪਤਾ ਲੱਗੇਗਾ। ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਟੂ ਰਜਿਸਟਰ ਯੋਰਸੈਲਫ ਫਾਰ ਵੋਟ। ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਬਣਨਗੀਆਂ, ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋ, ਇੱਕ ਵੋਟ ਜਿਹੜੀ ਹੈ ਉਹ ਚੇਂਜ ਲਿਆ ਸਕਦੀ ਹੈ। ਔਰ ਸਾਡੀ ਕਮਿਊਨਿਟੀ ਦੇ ਵਿੱਚ ਹਜੇ ਵੀ ਕਮੀ ਹੈਗੀ ਕਿ ਅਸੀਂ ਵੋਟ ਜਿਹੜਾ ਜਾ ਕੇ ਨਹੀਂ ਕਰਦੇ, ਆਪਣੇ ਆਪ ਨੂੰ ਰਜਿਸਟਰ ਹੀ ਨਹੀਂ ਕਰਦੇ, ਜਿਵੇਂ ਸਾਨੂੰ ਸਤਬੀਰ ਨੇ ਦੱਸਿਆ, ਗੋ ਆਊਟ ਐਂਡ ਵੋਟ। ਥੈਂਕ ਯੂ ਵੈਰੀ ਮੱਚ ਸਤਬੀਰ, ਤੁਸੀਂ ਅੱਜ ਆਪਣੇ ਜਿਹੜੇ ਪ੍ਰਤੀਕਰਮ ਨੇ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਇਆ ਸੀਗਾ ਸਤਬੀਰ ਸਿੰਘ, ਡਾਇਰੈਕਟਰ ਮਿਨੋਰਟੀ ਅਫੇਅਰ ਕਮੇਟੀ।
ਹੋਸਟਲ ਬੈਠਾ ਹੁਣ ਨਿਊਯਾਰਕ ਦੇ, ਅਤੇ ਹੁਣ ਬ੍ਰੇਕ ਦੇ ਉੱਤੇ ਮੈਂ ਜਾ ਰਿਹਾ, ਜਦ ਮੈਂ ਬ੍ਰੇਕ ਤੋਂ ਬਾਅਦ ਵਾਪਿਸ ਆਵਾਂਗਾ ਅਤੇ ਮੈਂ ਹੁਣ ਭਾਰਤ ਦੀ ਰਾਜਨੀਤੀ ਬਾਰੇ ਵਿਚਾਰ ਕਰਾਂਗਾ ਕਿ ਭਾਰਤ ਦੇ ਵਿੱਚ ਇਸ ਟਾਈਮ ਹਾਲ ਫਿਲਹਾਲ ਦੇ ਵਿੱਚ ਕੀ ਕੁਝ ਸਿਆਸੀ ਹਵਾਵਾਂ ਚੱਲ ਕੇ ਸੱਤ ਸਮੁੰਦਰ ਪਾਰ ਆ ਰਹੀਆਂ ਹਨ, ਕਰਾਂਗੇ ਉਸ ਦੇ ਉੱਤੇ ਵਿਚਾਰ ਇਸ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਹੁਣ ਹੋ ਰਹੀ ਸੀਗੀ ਭਾਰਤੀ ਰਾਜਨੀਤੀ ਦੇ ਉੱਤੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਝਾਰਖੰਡ ਦੇ ਵਿੱਚ ਮੋਦੀ ਸਰਕਾਰ ਦਾ ਯਾਨੀ ਕਿ ਜੋੜੀ ਦਾ, ਅਗਰ ਮੈਂ ਕਹਾਂ ਅਮਿਤ ਸ਼ਾਹ ਦਾ ਅਤੇ ਮੋਦੀ ਦਾ ਮੈਜਿਕ ਨਹੀਂ ਚੱਲਿਆ, ਅਤੇ ਕੀ ਕੁਝ ਕਾਰਨ ਹੋ ਸਕਦੇ ਨੇ ਜਿਹੜਾ ਨਹੀਂ ਚੱਲਿਆ। ਮਹਾਰਾਸ਼ਟਰ ਦੇ ਵਿੱਚ ਵੀ ਜਿਹੜੀ ਉਹਨਾਂ ਨੂੰ ਬਹੁਮਤ ਹੈਗੀ ਉਹ ਨਹੀਂ ਮਿਲੀ, ਅਤੇ ਹੁਣ ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਕਿ ਉੱਥੇ ਉਹਨਾਂ ਦਾ ਮੈਜਿਕ ਚੱਲੇਗਾ ਨਹੀਂ ਚੱਲੇਗਾ। ਪੰਜਾਬ ਮਹਾਰਾਸ਼ਟਰ ਪੰਜਾਬ ਦੇ ਵਿੱਚ ਪੌਂਡੀਚੇਰੀ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੋਣਗੀਆਂ, ਅਤੇ ਉੱਥੇ ਕੀ ਕੁਝ ਵੇਖਣ ਨੂੰ ਮਿਲ ਸਕਦਾ। ਇਹ ਹਾਲ ਫਿਲਹਾਲ ਦੇ ਵਿੱਚ ਜਿਹੜੀ ਖਬਰ ਇੰਡੀਆ ਤੋਂ ਸਾਹਮਣੇ ਆਈ ਹੈ ਉਹਦੇ ਉੱਤੇ ਥੋੜ੍ਹਾ ਚਾਨਣਾ ਅਸੀਂ ਪਾ ਲੈਂਦੇ ਹਾਂ ਕਿ ਕਿਹੜੇ ਇਸ਼ੂਜ਼ ਦੇ ਉੱਤੇ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਮਨ ਬਣ ਗਿਆ ਕਿ ਅਸੀਂ ਵੋਟ ਦੇਵਾਂਗੇ। ਜਿਵੇਂ ਕਿ 2014 ਦੇ ਵਿੱਚ ਮੋਦੀ ਸਰਕਾਰ ਨੇ ਸਬਕਾ ਸਾਥ ਸਬਕਾ ਵਿਕਾਸ ਦੇ ਵੱਡੇ ਨਾਅਰੇ ਲਾਏ, ਲੇਕਿਨ ਹੁਣ ਜਿਹੜੀ ਅਗਰ ਆਪਾਂ ਕਹੀਏ ਉਹਨਾਂ ਨੂੰ ਕਿ ਹੁਣ ਬੈਕਫੁੱਟ 'ਤੇ ਹੌਲੀ ਹੌਲੀ ਆ ਰਹੀ ਹੈ ਬੀਜੇਪੀ ਸਰਕਾਰ ਵੀ, ਅਤੇ ਕੀ ਲੋਕ ਹੁਣ ਉੱਥੇ ਜਾਗਰੂਕ ਹੋ ਰਹੇ ਨੇ ਇਸ ਦੇ ਉੱਤੇ ਚਾਣਾ ਪਾਣ ਲਈ। ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਬਲਦੇਵ ਸਿੰਘ ਗਰੇਵਾਲ, ਸੀਨੀਅਰ ਪੱਤਰਕਾਰ ਹਨ, ਉਹਨਾਂ ਤੋਂ ਇਹ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਲੈ ਲੈਂਦੇ ਹਾਂ। ਬਲਦੇਵ ਜੀ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਸਿਹਤ ਠੀਕ ਹੈ ਤੁਹਾਡੀ? ਹਾਂ ਬਿਲਕੁਲ ਠੀਕ ਜੀ। ਚਲੋ, ਲੇਕਿਨ ਭਾਰਤ ਦੇ ਵਿੱਚ ਮੈਨੂੰ ਲੱਗਦਾ ਜਿਹੜੇ ਵੱਡੇ ਲੀਡਰਸ਼ਿਪ ਨੇ ਉਹਨਾਂ ਦੀ ਸਿਹਤ ਥੋੜ੍ਹੀ ਜਿਹੀ ਖਰਾਬ ਹੋ ਰਹੀ ਹੈ, ਕੀ ਕਹਿਣਾ ਚਾਹੋਗੇ? ਮੈਂ ਕਿਰਨ ਜੀ ਕਹਿਣਾ ਚਾਹਾਂਗਾ ਕਿ ਸਿਹਤ ਖਰਾਬ ਤਾਂ ਨਹੀਂ ਹੋ ਰਹੀ, ਜਿੱਥੇ ਜਿੱਥੇ ਮੋਦੀ ਸਾਹਿਬ ਬੈਲਟ ਪੇਪਰ ਤੇ ਨਹੀਂ ਹੈਗੇ ਉੱਥੇ ਉੱਥੇ ਬੀਜੇਪੀ ਡਾਊਨ ਜਾ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਸਹਿਜੇ ਸਹਿਜੇ ਇੰਡੀਆ ਜਿਹੜਾ ਉਹ ਫੈਡਰਲ ਢਾਂਚੇ ਵੱਲ ਨੂੰ ਜਾ ਰਿਹਾ ਹੈ। ਆਲ ਓਵਰ ਇੰਡੀਆ ਦੇ ਵਿੱਚ ਮੋਦੀ ਸਾਹਿਬ ਸੀਗੇ, ਉਹ ਜਿੱਤੇ ਨੇ, ਆਲ ਇੰਡੀਆ ਬਹੁਤ ਵੱਡੀ ਪੱਧਰ ਤੇ ਜਿੱਤੇ ਨੇ। ਜਿੱਥੇ ਸਟੇਟ ਲੈਵਲ ਤੇ ਆਉਂਦਾ ਉੱਥੇ ਇਹ ਛੋਟੀਆਂ ਰੀਜਨਲ ਪਾਰਟੀਆਂ ਦਾ ਜ਼ੋਰ ਹੈ, ਕਾਂਗਰਸ ਵੀ ਇਸੇ ਗੱਲ ਤੇ ਫੇਲ ਹੋਈ ਹੈ। ਸੈਂਟਰ ਤੋਂ ਸਹਿਜੇ ਸਹਿਜੇ ਇਹ ਲੋਕਲ ਇਸ਼ੂ ਸਮਝੇ ਨਹੀਂ ਜਾਂਦੇ, ਨੈਸ਼ਨਲ ਪਾਰਟੀਆਂ ਲੋਕਲ ਇਸ਼ੂ ਨੂੰ ਨਹੀਂ ਸਮਝਦੀਆਂ, ਇਸ ਕਰਕੇ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹ ਲੋਕਾਂ ਤੋਂ ਦੂਰ ਹੋ ਜਾਂਦੀਆਂ ਨੇ, ਤੇ ਇਸ ਤੇ ਰੀਜਨਲ ਪਾਰਟੀਆਂ ਜਿਹੜੀਆਂ ਉਹ ਲੋਕਾਂ ਦੇ ਨਾਲ ਜ਼ਿਆਦਾ ਜੁੜੀਆਂ ਰਹਿੰਦੀਆਂ ਨੇ। ਅਸਲੀ ਤਾਂ ਚਾਹੀਦਾ ਇਹ ਹੈ ਕਿ ਹੁਣ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਕੁਝ ਐਸਾ ਕੀਤਾ ਜਾਏ ਕਿ ਰਾਜਾਂ ਨੂੰ ਵੱਧ ਅਧਿਕਾਰ ਦਿੱਤਾ ਜਾਏ, ਫੈਡਰਲ ਸਿਸਟਮ ਲਾਗੂ ਕੀਤਾ ਜਾਏ। ਹੁਣ ਯੂਨੀਅਨ ਦਾ ਟਾਈਮ ਬੀਤ ਚੁੱਕਾ ਹੈ, ਹੁਣ ਰੀਜਨਲ ਪਾਰਟੀਆਂ ਦਾ ਅੱਗੇ ਆਉਣਾ ਇਹ ਦੱਸਦਾ ਕਿ ਉੱਥੋਂ ਵੱਖੋ ਵੱਖਰੇ ਰਾਜਾਂ ਦੇ ਵੱਖੋ ਵੱਖਰੇ ਇਸ਼ੂ ਨੇ, ਵੱਖੋ ਵੱਖਰਾ ਸਾਰਾ ਕੁਛ ਉਹਨਾਂ ਦੀ ਬੋਲੀ। ਬਿਲਕੁਲ, ਅਸੀਂ ਮੰਨਦੇ ਹਾਂ ਇਹਨੂੰ ਗਰੇਵਾਲ ਸਾਹਿਬ, ਕਿ ਰਵਾਇਤੀ ਪਾਰਟੀਆਂ ਦਾ ਜ਼ੋਰ ਹਮੇਸ਼ਾ ਸਟੇਟ ਲੈਵਲ ਦੇ ਉੱਤੇ ਹਾਵੀ ਹੁੰਦਾ, ਲੇਕਿਨ ਮੈਂ ਅਗਰ ਮਹਾਰਾਸ਼ਟਰ ਦੀ ਗੱਲ ਕਰ ਲਵਾਂ ਤੇ ਉੱਥੇ ਤਾਂ ਆਲਰੇਡੀ ਬੀਜੇਪੀ ਦੀ ਸਰਕਾਰ ਹੋਣ ਦੇ ਵਿੱਚ ਸੀਗੀ, ਪਰ ਫਿਰ ਤੁਹਾਨੂੰ ਕੀ ਲੱਗਦਾ ਕੀ ਕਾਰਨ ਰਹੇ ਹੋਣਗੇ ਕਿ ਉਹਨਾਂ ਨੂੰ ਬਹੁਮਤ ਜਿਹੜੀ ਉਹ ਨਹੀਂ ਮਿਲੀ? ਕਲੋਜ਼ਲੀ ਤੁਸੀਂ ਵਾਚ ਕਰੋ ਤਾਂ ਬੀਜੇਪੀ ਹਾਰੀ ਨਹੀਂ, ਬੀਜੇਪੀ ਔਰ ਸ਼ਿਵ ਸੈਨਾ ਦਾ ਗਠਜੋੜ ਸੀ ਜੀ, ਇਹ ਦੋਵੇਂ ਪਾਰਟੀਆਂ ਹੁਣ ਵੀ ਜਿੱਤੀਆਂ ਨੇ, ਹੁਣ ਵੀ ਬਹੁਮਤ ਇਹਨਾਂ ਦੋਹਾਂ ਪਾਰਟੀਆਂ ਦਾ ਜੀ, ਪਰ ਚੀਫ ਮਿਨਿਸਟਰ ਦੇ ਮੁੱਦੇ ਤੇ ਇਹਨਾਂ ਦੋਹਾਂ ਦੇ ਵਿੱਚ ਕੋਈ ਆਪੋਜੀ ਰਾਈਵੈਲਰੀ ਹੋ ਗਈ ਤੇ ਬੀਜੇਪੀ ਨਹੀਂ ਮੰਨੀ ਉਹਨਾਂ ਦਾ। ਪਹਿਲਾਂ ਢਾਈ ਢਾਈ ਸਾਲ ਦੀ ਗੱਲ ਚੱਲੀ ਸੀ ਵੀ ਢਾਈ ਢਾਈ ਸਾਲ ਚੀਫ ਮਿਨਿਸਟਰ ਬਣਾ ਲਓ, ਕਿਸੇ ਤਰੀਕੇ ਨਾਲ ਉਹਨਾਂ ਦਾ ਸਮਝੌਤਾ ਨਹੀਂ ਹੋ ਸਕਿਆ। ਸ਼ਿਵ ਸੈਨਾ ਉਹਨਾਂ ਨਾਲ ਟੁੱਟ ਕੇ ਕਾਂਗਰਸ ਜਾਂ ਦੂਜੀਆਂ ਪਾਰਟੀਆਂ ਨੇ ਚਲੀ ਗਈ, ਪਰ ਉੱਥੇ ਬੀਜੇਪੀ ਹਾਰੀ ਨਹੀਂ ਕਹਿ ਸਕਦੇ ਸੀ। ਜੇ ਉਹਨਾਂ ਦਾ ਗਠਜੋੜ ਪਹਿਲੇ ਵਾਲਾ ਹੀ ਰਹਿੰਦਾ ਤੇ ਫਿਰ ਉਹਨਾਂ ਦੀ ਸਰਕਾਰ ਬਣਦੀ ਸੀ, ਠੀਕ ਹੈ। ਇਸ ਕਰਕੇ ਅਸੀਂ ਇਹ ਨਹੀਂ ਮਹਾਰਾਸ਼ਟਰ ਦੇ ਵਿੱਚ ਕਹਿ ਸਕਦੇ ਕਿ ਬੀਜੇਪੀ ਹਾਰੀ ਜੀ, ਜੇ ਝਾਰਖੰਡ ਦੇ ਨਤੀਜੇ ਆਏ ਨੇ ਤਾਂ ਉਹਦੇ ਵਿੱਚ ਬੀਜੇਪੀ ਡਾਊਨ। ਇਹ ਕਹਿ ਸਕਦੇ ਆ ਅਸੀਂ ਗਰੇਵਾਲ ਸਾਹਿਬ ਕੀ ਗ੍ਰਾਫ ਜਿਹੜਾ ਘਟ ਹੋਇਆ? ਨਹੀਂ ਨਹੀਂ, ਬੀਜੇਪੀ ਦਾ ਗ੍ਰਾਫ ਜਿਹੜਾ ਹੈ ਝਾਰਖੰਡ ਦੇ ਵਿੱਚ ਵੀ, ਜੇ ਵੋਟਰਾਂ ਦੀ ਪਰਸੈਂਟੇਜ ਦੇਖੀ ਜਾਏ ਤਾਂ ਉਹਨਾਂ ਦਾ ਵਧਿਆ ਅੱਗੇ ਨਾਲੋਂ, ਘਟਿਆ ਨਹੀਂ ਹੈਗਾ ਉਹਨਾਂ ਜੀ। ਪਰ ਕਿਉਂਕਿ ਰੀਜਨਲ ਪਾਰਟੀਆਂ ਦਾ ਜ਼ੋਰ ਸੀ, ਰੀਜਨਲ ਪਾਰਟੀਆਂ ਝਾਰਖੰਡ ਮੁਕਤੀ ਮੋਰਚਾ ਜਿਹੜਾ ਹੈ ਉਹ ਬਾਜੀ ਮਾਰ ਗਿਆ, ਕਾਂਗਰਸ ਦੇ ਨਾਲ ਗਠਜੋੜ ਸੀਗਾ, ਇਸ ਕਰਕੇ ਕਾਂਗਰਸ ਕਹਿ ਸਕਦੀ ਵੀ ਸਾਡੀ ਵੀ ਜਿੱਤ ਹੋਈ ਹੈ, ਪਰ ਰੀਜਨਲ ਪਾਰਟੀਆਂ ਦੀ ਜਿੱਤ ਹੋਈ ਹੈ ਉਹਦੇ ਵਿੱਚ। ਤੇ ਤੁਹਾਨੂੰ ਲੱਗਦਾ ਕਿ ਜਿਹੜੇ ਵੱਡੇ ਫੈਸਲੇ ਮੋਦੀ ਗਵਰਨਮੈਂਟ ਵੱਲੋਂ ਲਏ ਜਾਂਦੇ ਨੇ ਜਾਂ ਫਿਰ ਭਾਰਤ ਸਰਕਾਰ ਵੱਲੋਂ ਲਏ ਜਾਂਦੇ ਨੇ ਉਹਦਾ ਜਿਹੜਾ ਮਾੜਾ ਅਸਰ ਹੈਗਾ ਉਹ ਜਿਹੜੀ ਰੀਜਨਲ ਪੋਲਿਟਿਕਸ ਹੈਗੀ ਹੈ ਉਹਦੇ ਵਿੱਚ ਪੈਂਦਾ, ਔਰ ਜਿਹਦਾ ਖਾਮਿਆਜ਼ਾ ਫਿਰ ਕੇਂਦਰ ਸਰਕਾਰ ਨੂੰ ਵੀ ਭੁਗਤਣਾ ਪੈਂਦਾ। ਮੋਦੀ ਸਾਹਿਬ ਦਾ ਨੈਚੁਰਲ ਲੈਵਲ ਤੇ ਸਵਾਲ ਹੈ ਜੀ, ਮੋਦੀ ਸਾਹਿਬ ਨੇ ਜੋ ਵੀ ਵਾਅਦੇ ਕੀਤੇ ਨੇ ਕਦੀ ਪੂਰੇ ਨਹੀਂ ਕੀਤੇ।
1914 ਦੇ ਵਿੱਚ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਤੇ ਪਿਛਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ 19 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਉਹ ਮੁੱਦੇ ਪਲਾਉਣ ਦੀ ਖਾਤਰ ਬਿਲਕੁਲ ਵੱਖਰਾ ਹੀ ਮਾਹੌਲ ਸਿਰਜ ਲਿਆ, ਨੈਸ਼ਨਲ ਲੈਵਲ ਤੇ ਸਿਕਿਉਰਿਟੀ ਦਾ, ਜਿਸ ਤਰ੍ਹਾਂ ਪਾਕਿਸਤਾਨ ਦਾ ਮੁੱਦਾ ਉੱਤੇ ਜੀ ਸਟ੍ਰਾਈਕ ਕਰਵਾਤੀ, ਜੇ ਸਰਜੀਕਲ ਸਟ੍ਰਾਈਕ ਕਰਵਾਤੀ, ਜੇ ਕਰਤੀ, ਲੋਕਾਂ ਦਾ ਧਿਆਨ ਬਿਲਕੁਲ ਦੂਸਰੇ ਪਾਸੇ ਲੈ ਗਏ ਜੀ। ਹੁਣ ਵੀ ਉਹ ਜਿਹੜੀਆਂ ਉਹਨਾਂ ਦੀਆਂ ਪਾਲਿਸੀ ਜਿਹੜੀਆਂ ਕਾਮਯਾਬ ਨਹੀਂ ਹੋ ਰਹੀਆਂ, ਲੋਕਾਂ ਦੀਆਂ ਪ੍ਰੋਬਲਮ ਵੱਧ ਰਹੀਆਂ, ਨਾ ਬੇਰੁਜ਼ਗਾਰੀ ਦਾ ਮੁੱਦਾ ਹੱਲ ਕਰ ਸਕਦੇ, ਨਾ ਹੋਰ ਮੁੱਦੇ ਹੱਲ ਕਰ ਸਕਦੇ ਨੇ। ਇਹ ਜਿਹੜੇ ਵੱਡੇ ਵੱਡੇ ਉਹ ਫੈਸਲੇ ਨਾਅਰੇਬਾਜ਼ੀ ਵਾਲੇ ਆ ਰਹੇ ਨੇ ਨਾ, ਇਹ ਸਿਟੀਜ਼ਨਸ਼ਿਪ ਦਾ ਮਾਮਲਾ ਆ ਗਿਆ, ਰਿਫਿਊਜੀਆਂ ਨੂੰ ਸਿਟੀਜ਼ਨਸ਼ਿਪ ਦੇਣੀ ਜਾਂ NRC, ਇਹ ਸਾਰੇ ਮੁੱਦੇ ਜਿਹੜੇ ਨੇ ਇਹ ਹਿੰਦੂ ਅੱਤਵਾਦ ਦੇ ਮੁੱਦੇ ਨੇ, ਨਾ ਕਿ ਨੈਸ਼ਨਲ ਜਿਹੜਾ ਇਹ ਲਾਅ ਬਣਾਇਆ ਉਹਨੇ ਅਮੈਂਡਮੈਂਟ ਕੀਤੀ ਹੈ ਉਹ ਭਾਰਤ ਦੇ ਸੰਵਿਧਾਨ ਦੇ ਦੀ ਉਲੰਘਣਾ ਹੈ, ਕਿਸੇ ਦੀ ਸੈਕੂਲਰ ਨਹੀਂ ਹੈ ਉਹ ਜਿਹੜਾ ਲਾਅ ਬਣਾਇਆ। ਸੈਕੂਲਰ ਕੰਟਰੀ ਦੇ ਵਿੱਚ ਤੁਸੀਂ ਇਹ ਰੇਸ਼ੀਅਲ ਕੋਈ ਕਾਨੂੰਨ ਬਣਾਉਂਦੇ ਹੋ ਤਾਂ ਉਹਦਾ ਕ੍ਰਿਟੀਸਿਜ਼ਮ ਹੋਣਾ ਹੈ। ਉਹ ਹਿੰਦੂ ਮੁੱਦੇ ਤਾਂ ਲਾਗੂ ਕਰ ਰਹੇ ਨੇ ਪਰ ਦੇਸ਼ ਦੇ ਮੁੱਦੇ ਉਹਨਾਂ ਨੇ ਭੁਲਾਏ ਨੇ। ਹਾਲੇ ਤੱਕ ਇਕਾਨਮੀ ਦੀ ਬੁਰੀ ਹਾਲਤ ਹੈ, ਬੇਰੁਜ਼ਗਾਰੀ ਦੀ ਬੁਰੀ ਹਾਲਤ ਹੈ, ਔਰ ਇਹੋ ਜਿਹੇ ਮੁੱਦੇ ਉਹ ਆਪਣੇ ਅੱਗੇ ਵਧਾਈ ਜਾ ਰਹੇ, ਹਿੰਦੂ ਤੱਤ ਦਾ ਜਿਹੜਾ ਮੁੱਦਾ ਉਹਨਾਂ ਦਾ ਉਹਨੂੰ ਅੱਗੇ ਵਧਾਈ ਜਾ ਰਹੇ। ਜੀ 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 ਗਰੇਵਾਲ ਸਾਹਿਬ, ਹੁਣ ਥੋੜ੍ਹਾ ਜਿਹਾ ਅਗਰ ਪੰਜਾਬ ਦੇ ਵੱਲ ਨਜ਼ਰ ਪਾ ਲਈਏ ਤਾਂ ਕੀ ਲੱਗਦਾ ਤੁਹਾਨੂੰ, ਜਿਹੜੀ ਹੁਣ ਹਾਲ ਫਿਲਹਾਲ ਦੇ ਵਿੱਚ ਜਿਸ ਦੌਰ ਤੋਂ ਪੰਜਾਬ ਗੁਜ਼ਰ ਰਿਹਾ, ਖਜ਼ਾਨਾ ਖਾਲੀ ਪਿਆ, ਕਾਂਗਰਸ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ, ਬਕਾਇਦਾ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਹੋ ਪਾ ਰਹੇ, ਕੇਂਦਰ ਤੋਂ ਜਿਹੜੇ ਕਿਸਾਨ ਨੇ ਉਹ ਪਰੇਸ਼ਾਨ ਨੇ, ਪਹਿਲਾਂ ਜਿੱਥੇ ਉਹ ਸੋਚ ਦੇਖੇ ਕਿ ਜਿਹੜੀ ਸਾਡੀ ਪੁਰਾਣੀ ਸਰਕਾਰ ਹੈ ਉਹੀ ਚਲੋ ਘੱਟੋ ਘੱਟ ਸਹੀ ਸੀਗੀ, ਜਿੱਥੇ ਸਾਨੂੰ 4 ਰੁਪਏ, 5 ਰੁਪਏ, 10 ਰੁਪਏ ਦਾ ਰੇਟ ਮਿਲਦਾ ਸੀਗਾ, ਹੁਣ ਉਹੀ ਰੇਟ ਜਿਹੜਾ 70 ਰੁਪਏ, 80 ਰੁਪਏ ਪ੍ਰਤੀ ਕੁਇੰਟਲ ਹੋਇਆ ਪਿਆ ਸਾਡੀ ਫਸਲਾਂ ਦਾ, ਅਤੇ ਉਹ ਉੱਥੇ ਕਿਸਾਨ ਪਰੇਸ਼ਾਨ ਨੇ। ਕਿਸਾਨ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਜਾ ਕੇ ਬੇਨਤੀ ਕਰਦੇ ਹਨ ਤਾਂ ਉਹ ਕਹਿੰਦੇ ਮੇਰਾ ਖਜ਼ਾਨਾ ਖਾਲੀ ਪਿਆ। ਹੁਣ ਉੱਥੇ ਹਾਲ ਫਿਲਹਾਲ ਦੇ ਵਿੱਚ ਜਿਹੜੀ ਅਕਾਲੀ ਦਲ ਹੈਗੀ ਹੈ ਜਿਹਦੇ ਉੱਤੇ ਸਰਕਾਰ ਜੋ ਚੱਲ ਰਹੀ ਹੈ ਨਾ, ਕੈਪਟਨ ਸਰਕਾਰ ਹੈ, ਇਸਦੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਕਿਹਾ ਜਸਤਾ, ਹਾਲੇ ਵੀ ਅਕਾਲੀ ਸਰਕਾਰ ਹੀ। ਜੀ 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 ਅਕਾਲੀਆਂ ਦੀ ਉਸੇ ਤਰੀਕੇ ਨਾਲ ਚੱਲ ਰਹੀ, ਸੁਖਬੀਰ ਦੀ ਉਸੇ ਤਰੀਕੇ ਨਾਲ ਚੱਲ ਰਹੀ ਹੈ। ਉਹ ਇੱਕ ਸੀ ਉਹਨਾਂ ਦੀ ਜਿਹੜਾ ਰੌਲਾ ਪਾਇਆ ਸੀ ਕਿ ਇਹਨਾਂ ਨੇ ਮਿਲ ਕੇ ਖੇਡ ਰਹੇ ਨੇ ਗੇਮ, ਉਹ ਉਹਨਾਂ ਨੂੰ ਸਮਝੌਤਾ ਗੁਟਕਾ ਹੱਥ ਦੇ ਵਿੱਚ ਫੜ ਕੇ ਜਿਹੜਾ ਉਹਨੇ 4 ਹਫ਼ਤਿਆਂ ਦੇ ਵਿੱਚ ਡਰੱਗ ਖਤਮ ਕਰਨਾ ਕੀਤਾ ਸੀ, ਅੱਜ ਉਹਨਾਂ ਨੂੰ ਯਾਦ ਵੀ ਨਹੀਂ। ਕੈਪਟਨ ਸਾਹਿਬ ਨੇ ਉਹੀ ਕੁਛ ਕਰ ਕੀਤਾ ਜੋ ਸੁਖਬੀਰ ਕਰਦਾ ਸੀ, ਉਸੇ ਤਰੀਕੇ ਨਾਲ ਉਹਨਾਂ ਆਪਣੀਆਂ ਜੇਬਾਂ ਭਰੀਆਂ ਨੇ। MLA ਦੇ ਵਿੱਚ ਅਸੰਤੋਸ਼ ਹੈ, MLA ਦੇ ਖਿਲਾਫ ਨੇ, ਸਾਰਾ ਕੁਛ ਖਿਲਾਫ ਹੈ। ਉਹ ਉੱਥੇ ਵੀ ਪੰਜਾਬ ਦੇ ਵਿੱਚ ਜੋ ਅਕਾਲੀਆਂ ਦੀ ਹਾਲਤ ਸੀ 5 ਸਾਲ 10 ਸਾਲਾਂ 'ਚ ਹੋਈ ਸੀ, ਕਾਂਗਰਸ ਇਹ 3 ਸਾਲਾਂ ਦੇ ਵਿੱਚ ਹੋ ਗਈ ਹੈ। ਪੰਜਾਬ ਦੇ ਵਿੱਚ ਕਾਂਗਰਸ ਦੀ ਬੁਰੀ ਹਾਲਤ ਨਹੀਂ ਕਹਿ ਸਕਦੇ, ਕੈਪਟਨ ਨੇ ਉਹਨੂੰ ਜੋ ਗੇਮ ਖੇਡੀ ਹੈ ਉਹਦੇ ਵਿੱਚ ਕਾਂਗਰਸ ਦੀ ਬੁਰੀ ਹਾਲਤ ਹੋਈ ਹੈ। ਤੁਹਾਨੂੰ ਕੀ ਲੱਗਦਾ ਹੈ ਗਰੇਵਾਲ ਸਾਹਿਬ, ਕਿ ਮਾਤਾ ਨੂੰ ਜ਼ਿਆਦਾ ਜਿਹੜਾ ਖੁਸ਼ ਕੀਤਾ ਜਾ ਰਿਹਾ, ਮੈਂ ਮਾਤਾ ਇੱਥੇ ਜਿਹੜਾ ਜੋੜ ਰਿਹਾ ਹੈਗਾ ਉਹ ਗਊ ਮਾਤਾ ਦੀ ਗੱਲ ਕਰ ਰਿਹਾ, ਔਰ ਜਿਹੜਾ ਪਿਓ ਹੈਗਾ ਉਹ ਪਰੇਸ਼ਾਨ ਹੈ, ਮੈਂ ਇੱਥੇ ਕਿਸਾਨ ਦੀ ਗੱਲ ਕਰ ਰਿਹਾ। ਦੇਖੋ ਜੀ, ਜੇ ਇਹ ਪਾਲਿਸੀਆਂ ਦੀ ਗੱਲ ਹੋਵੇ, ਨੈਸ਼ਨਲ ਸਰਕਾਰ ਜਿਹੜੀ BJP ਦੀ ਸਰਕਾਰ, ਉਹ ਲੋਕਾਂ ਦੇ ਮਸਲਿਆਂ ਨੂੰ ਇੱਕ ਕਿਸਮ ਦਾ ਇਗਨੋਰ ਕਰੀ ਬੈਠੀ ਹੈ। ਜੇ ਜਿਹੜਾ ਅੰਨਦਾਤਾ ਹੈ, ਕਿਸਾਨ ਹੈ ਜਿਹੜਾ, ਜੇ ਉਹਦੀ ਬੁਰੀ ਹਾਲਤ ਹੈ, ਉਹਦੇ ਲਈ ਕੋਈ ਪਾਲਿਸੀਆਂ ਚੰਗੀਆਂ ਨਹੀਂ ਆ ਰਹੀਆਂ, ਉਹਦੀ ਫਸਲ ਦਾ ਸਹੀ ਭਾਅ ਨਹੀਂ ਆ ਰਿਹਾ, ਉਹਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਉਹਨੂੰ ਡਿਸਰਟਨ ਕੀਤਾ ਜਾ ਰਿਹਾ, ਤੇ ਤੁਸੀਂ ਮਤਲਬ ਖੁਰਾਕ ਦਾ ਵੀ ਕੱਲ ਨੂੰ ਸੰਕਟ ਖੜਾ ਕਰ ਸਕਦੇ ਹੋ। ਕਿਸਾਨ ਜੇ ਮਰ ਰਿਹਾ ਤਾਂ ਉਹਦਾ ਕਿਤੇ ਨਾ ਕਿਤੇ ਜਾ ਕੇ ਅਸਰ ਤਾਂ ਪੈਣਾ ਇਹਦੀ ਲੌਂਗ ਰਨ। ਜੀ ਜੀ ਜੀ, ਕੋਈ ਖੇਤੀਬਾੜੀ ਬਾਰੇ ਅੱਛੀਆਂ ਪਾਲਿਸੀਜ਼ ਨਹੀਂ ਆ ਰਹੀਆਂ, ਉਹਦਾ ਫਰਕ ਤਾਂ ਪਏਗਾ। ਗਰੇਵਾਲ ਸਾਹਿਬ, ਤੁਹਾਨੂੰ ਲੱਗਦਾ ਕਿ ਜਾਣ ਬੁੱਝ ਕੇ ਇਹਨਾਂ ਇਸ਼ੂਜ਼ ਤੋਂ ਦੂਰ ਰੱਖਿਆ ਜਾਂਦਾ ਤਾਂ ਕਿ ਜਿਹੜੀ ਮੀਡੀਆ ਹੈਗੀ ਆ ਉਹ ਵੀ ਨਾ ਗੱਲ ਕਰ ਸਕਣ, ਲੋਕ ਵੀ ਇਸ ਬਾਰੇ ਨਾ ਸੋਚਣ? ਅਰਕੀਰ ਜੀ, ਇਹ ਆਮ ਹੀ ਅੱਜ ਕੱਲ੍ਹ ਕਿਹਾ ਜਾਂਦਾ ਕਿ ਉੱਥੇ ਤਾਂ 80% ਮੀਡੀਆ ਵਿਕਾਊ ਹੈ ਜੀ, ਮੀਡੀਆ ਨਿਊਟਰਲ ਨਹੀਂ ਰਹਿ ਗਿਆ। ਜਿਹੜਾ ਅੱਜ ਤੋਂ 30-40 ਸਾਲ ਪਹਿਲਾਂ ਮੀਡੀਆ ਦਾ ਇਮੇਜ ਸੀ, ਉਹ ਅੱਜ ਇਮੇਜ ਨਹੀਂ। ਉੱਥੇ ਤੁਸੀਂ ਉੱਥੇ ਕੋਈ ਵੀ ਖਬਰ ਪੈਸੇ ਨਾਲ ਛਪਦੀ ਹੈ, ਕੋਈ ਵੀ ਇਲੈਕਸ਼ਨਾਂ ਦੇ ਵਿੱਚ ਵੀ ਪੈਸੇ ਦੇ ਜ਼ੋਰ ਨਾਲ ਪ੍ਰਚਾਰ ਹੁੰਦੇ ਨੇ, ਈਵਨ ਖਬਰਾਂ ਜਿਹੜੀਆਂ ਉਹ ਟੇਬਲ ਨਿਊਜ਼ ਲੱਗਦੀਆਂ ਨੇ। ਮੀਡੀਆ ਜਿਹੜਾ ਲੋਕਾਂ ਤੋਂ, ਮੀਡੀਆ ਵੀ ਦੂਰ ਹੈ ਸਰਕਾਰਾਂ ਦੇ ਵਾਂਗ, ਲੋਕਾਂ ਦੀ ਗੱਲ ਮੀਡੀਆ ਵੀ ਨਹੀਂ ਕਰ ਰਿਹਾ। ਔਰ ਮੈਂ ਆਪਣੇ ਹੁਣ ਸੀਨੀਅਰ ਲੀਡਰਸ਼ਿਪ ਅਕਾਲੀ ਦਲ ਦੀ ਗੱਲ ਕਰ ਲਵਾਂ ਤਾਂ ਦੇਖਿਆ ਜਾ ਸਕਦਾ ਕਿ ਜਿਨ੍ਹਾਂ ਤੋਂ ਉਮੀਦਾਂ ਸੀਗੀਆਂ ਉਹਨਾਂ ਨੇ ਵੀ ਘੁੱਟਣੇ ਟੇਕ ਦਿੱਤੇ ਨੇ ਹੁਣ BJP ਦੇ ਅੱਗੇ, ਅਤੇ ਹੁਣ ਪੰਜਾਬ ਦੇ ਵਿੱਚ ਕਿਸ ਤੋਂ ਉਮੀਦ ਕੀਤੀ ਜਾ ਸਕਦੀ ਹੈ? ਦੇਖੋ ਰਕੀਬਤ ਜੀ, ਜਿਹੜਾ ਅਕਾਲੀ ਦਲ ਦਾ ਅਸਲੀ ਖਾਸਾ ਸੀ, ਜਿਸ ਕਰਕੇ ਅਕਾਲੀ ਦਲ ਬਣਿਆ ਸੀ, ਉਹ ਤੋਂ ਤਾਂ ਸੁਖਬੀਰ ਨੇ ਬਹੁਤ ਦੂਰ ਲੈ ਗਿਆ। ਪੰਜਾਬ ਪਾਰਟੀ ਤਾਂ ਬਣਾ ਦਿੱਤਾ ਉਹਨੂੰ, ਪਰ ਅਕਾਲੀ ਦਲ ਹੀ ਰਹਿਣ ਦਿੱਤਾ। ਇਹ ਜਿਹੜਾ
ਸਿਟੀਜ਼ਨ ਦਾ ਅਮੈਂਡਮੈਂਟ ਬਿੱਲ ਆਇਆ ਜਾਂ ਕਾਨੂੰਨ ਬਣਿਆ, ਇਹਦੀ ਅਕਾਲੀ ਦਲ ਨੂੰ ਉਹਦੇ ਖਾਸੇ ਦੇ ਮੁਤਾਬਕ ਮੁਖਾਲਫਤ ਕਰਨੀ ਚਾਹੀਦੀ ਸੀ, ਪਰ ਇਹ ਕਿਉਂਕਿ ਬੀਜੇਪੀ ਦੀ ਝੋਲੀ ਚ ਪਿਆ ਨੀ, ਮੁਖਾਲਫਤ ਨਹੀਂ ਕੀਤੀ। ਹੁਣ ਜਿਹੜਾ ਟਕਸਾਲੀ ਆਗੂ ਵੱਖਰੇ ਹੋਏ ਸੀ ਉਹਨਾਂ ਦੇ ਨਾਲ ਜਿਹੜੇ ਸਾਡੇ ਮਿਨਿਸਟਰ ਰਹੇ ਨੇ, ਯਾਦ ਇਕਦਮ ਨਾ ਆ ਰਿਹਾ ਉਹਨਾਂ ਦਾ, ਢੀਂਡਸਾ ਸਾਹਿਬ ਦੀ ਗੱਲ ਕਰ ਰਹੇ ਨੇ, ਢੀਂਡਸਾ, ਹਾਂ ਢੀਂਡਸਾ ਸਾਹਿਬ ਉਹਨਾਂ ਨਾਲ ਜਾ ਰਹੇ ਨੇ। ਔਰ ਮੇਰੀ ਕੁਛ ਦਿਨ ਪਹਿਲਾਂ ਢੀਂਡਸਾ ਸਾਹਿਬ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਮੈਨੂੰ ਥੋੜਾ ਜਿਹਾ ਟਾਈਮ ਦਿਓ, ਅਸੀਂ ਬਲਾਕ ਲੈਵਲ ਤੇ ਮੀਟਿੰਗਾਂ ਕਰਕੇ ਇਹ ਨਹੀਂ ਅੱਗੇ ਵਾਂਗੂ ਨੀ ਹੋਏਗਾ ਕਿ ਅਸੀਂ ਜਿਹੜਾ ਵੀ ਪ੍ਰਕਾਸ਼ ਵੱਖ ਹੁੰਦਾ ਸੀ ਖਤਮ ਹੋ ਜਾਂਦਾ ਸੀ, ਅਸੀਂ ਇਹਨੂੰ ਇੰਨਾ ਕੁ ਮਜ਼ਬੂਤ ਕਰ ਦਿਆਂਗੇ ਅਗਲੇ ਹਫ਼ਤੇ ਦੇ ਵਿੱਚ, ਕਿ ਇਹ ਅਸਲੀ ਅਕਾਲੀ ਦਲ ਇਹ ਹੋਏਗਾ, ਅਸੀਂ ਇਹਨੂੰ ਜਿੰਨੇ ਵੀ ਜਿਹੜੇ ਬਾਦਲਾਂ ਤੋਂ ਨਾਰਾਜ਼ ਲੀਡਰ ਹੋਏ ਪੰਜਾਬ ਵਿੱਚ ਬਾਹਰ ਫਿਰ ਰਹੇ ਨੇ, ਦੂਜੀਆਂ ਪਾਰਟੀਆਂ ਫਿਰ ਰਹੇ, ਨਾਰਾਜ਼ ਹੋਏ ਨੇ, ਕਾਂਗਰਸ ਤੋਂ ਨਾਰਾਜ਼ ਹੋਏ ਬੈਠੇ ਨੇ, ਉਹ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਤੀਜਾ ਫਰੰਟ ਵੱਡਾ ਬਣਾ ਸਕਦੇ ਨੇ। ਕਰੈਕਟ, ਜੋ ਆਸ ਪਿਛਲੀਆਂ ਚੋਣਾਂ ਦੀ 6 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਤੇ ਸੀ, ਉੱਥੋਂ ਨਿਰਾਸ਼ ਹੋਏ ਲੋਕੀ ਆਮ ਆਦਮੀ ਪਾਰਟੀ ਤੋਂ ਵੀ, ਹੋ ਸਕਦਾ ਇਹ ਤੀਜਾ ਫਰੰਟ ਬਣ ਕੇ ਲੋਕਾਂ ਲਈ ਇੱਕ ਨਵੀਂ ਆਸ ਪੈਦਾ ਹੋ ਜਾਵੇ। ਠੀਕ ਹੈ, ਮਿਹਰਬਾਨੀ ਤੁਹਾਡੀ ਗਰੇਵਾਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ, ਅਤੇ ਮੈਂ ਆਪਣੇ ਦਰਸ਼ਕਾਂ ਨੂੰ ਹੁਣ ਦਰਖਾਸਤ ਕਰਨਾ ਚਾਹਾਂਗਾ ਕਿ ਅਸੀਂ ਲਾਈਨਸ ਜਿਹੜੀਆਂ ਖੋਲ੍ਹ ਦਿੱਤੀਆਂ ਹਨ ਤੁਹਾਡੇ ਲਈ, ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਪ੍ਰਤੀਕਰਮ ਵੀ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਮੈਂ ਫਿਲਹਾਲ ਬ੍ਰੇਕ ਦੇ ਉੱਤੇ ਜਾ ਰਿਹਾ, ਕੁਝ ਲੀਡਰਸ਼ਿਪ ਹੋਰ ਵੀ ਹੈਗੀ ਹੈ ਜਿਹੜੇ ਆਪਣੇ ਪ੍ਰਤੀਕਰਮ ਇਸ ਮੰਚ ਦੇ ਉੱਤੇ ਦੇਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਅਸੀਂ ਲਿਆਵਾਂਗੇ, ਲੇਕਿਨ ਮੈਂ ਤੁਹਾਨੂੰ ਵੀ ਸੱਦਾ ਦੇਣਾ ਕਿ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਮੇਰੇ ਨਾਲ ਇਸ ਮੰਚ ਦੇ ਉੱਤੇ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਦੇ ਸਕਦੇ ਹੋ, ਜਾਂ ਫਿਰ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੌਨਸਟੀਟਿਊਸ਼ਨ ਜਦ ਲਿਖਿਆ ਜਾਂਦਾ ਤਾਂ ਬੜੇ ਹੀ ਸੋਚ ਸਮਝ ਕੇ ਲਿਖਿਆ ਜਾਂਦਾ, ਤਾਂ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਜੋ ਵੀ ਚੁਣ ਕੇ ਇਸ ਕੌਨਸਟੀਟਿਊਸ਼ਨ ਨੂੰ ਸਮਝਦਾ, ਪੜ੍ਹਦਾ, ਤਾਂ ਉਹ ਦੇਸ਼ ਦੀ ਰਾਜਨੀਤੀ ਦੇ ਵਿੱਚ ਹਿੱਸਾ ਵੀ ਲੈਂਦਾ, ਔਰ ਲੋਕਾਂ ਨੂੰ ਜਿਹੜੇ ਦੇਸ਼ ਦੇ ਲੋਕ ਹਨ ਜੋ ਕਿ ਵੋਟ ਦਿੰਦੇ ਹਨ ਉਹਨਾਂ ਨੂੰ ਸਮਝਾਉਂਦਾ ਵੀ ਹੈ। ਡਾਕਟਰ ਭੀਮ ਰਾਓ ਅੰਬੇਡਕਰ ਜਦ ਉਹਨਾਂ ਨੇ 1950 ਦੇ ਵਿੱਚ ਇਸ ਸੰਵਿਧਾਨ ਨੂੰ ਜਾਰੀ ਕੀਤਾ ਔਰ ਬਾਕਾਇਦਾ ਲਿਖਿਆ, ਤਾਂ ਕਈ ਸਾਰੇ ਅਹਿਮ ਜਿਹੜੇ ਉਹਦੇ ਵਿੱਚ ਆਰਟੀਕਲ ਸੀਗੇ ਉਹ ਲਿਖੇ ਗਏ ਸੀਗੇ, ਲੇਕਿਨ ਫਰੀਡਮ ਆਫ ਸਪੀਚ ਔਰ ਐਕਸਪ੍ਰੈਸ਼ਨ ਦੀ ਜਦ ਗੱਲ ਕਰਦੇ ਹੋਏ ਡਾਕਟਰ ਭੀਮ ਰਾਓ ਅੰਬੇਡਕਰ ਨਜ਼ਰ ਆਏ ਸੀਗੇ, ਤਾਂ ਅੱਜ ਦੇਸ਼ ਯਾਨੀ ਕਿ ਭਾਰਤ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਉਹਨਾਂ ਆਰਟੀਕਲਸ ਨੂੰ ਲੈ ਕੇ ਹੈਗੇ ਹਨ ਉਹਨਾਂ ਦੇ ਉੱਤੇ ਵੀ ਵਿਚਾਰ ਪਾਵਾਂਗੇ। ਮੇਰੇ ਨਾਲ ਹਰਦੇਵ ਸਹਾਏ ਫੋਨ ਲਾਈਨ ਦੇ ਉੱਤੇ ਮੌਜੂਦ ਹਨ, ਇਹਨਾਂ ਨਾਲ ਮੈਂ ਤੁਹਾਨੂੰ ਤਾਰੁਫ ਕਰਵਾ ਦਾਂ। ਇਹ UN ਹੈੱਡਕੁਆਰਟਰ ਦੇ ਵਿੱਚ 2018 ਦੇ ਵਿੱਚ ਬਕਾਇਦਾ ਇਹਨਾਂ ਨੇ ਕੀਨੋਟ ਸਪੀਕਰ ਦੇ ਵਜੋਂ ਆਪਣੇ ਵਿਚਾਰ ਰੱਖੇ ਸੀਗੇ। ਉਸ ਤੋਂ ਬਾਅਦ ਪਾਰਲੀਮੈਂਟ ਕੈਨੇਡਾ ਦੇ ਵਿੱਚ ਵੀ 2018 ਦੇ ਵਿੱਚ ਇਹਨਾਂ ਨੇ ਐਜ਼ ਐਨ ਕੀਨੋਟ ਸਪੀਕਰ ਆਪਣੇ ਵਿਚਾਰ ਰੱਖੇ ਸੀਗੇ ਕੌਨਸਟੀਟਿਊਸ਼ਨ ਆਫ ਇੰਡੀਆ ਨੂੰ ਲੈ ਕੇ, ਡਾਕਟਰ ਭੀਮ ਰਾਓ ਅੰਬੇਡਕਰ ਨੂੰ ਲੈ ਕੇ। ਉਸ ਤੋਂ ਇਲਾਵਾ ਇਹ ਮੁੱਖ ਸਾਬਕਾ ਮੁੱਖ ਸਕੱਤਰ ਰਹਿ ਚੁੱਕੇ ਹਨ ਰਵੀਦਾਸ ਟੈਂਪਲ ਨਿਊਯਾਰਕ ਦੇ, ਅਤੇ ਨਾਲ ਹੀ ਇਹ ਬੇਗਮਪੁਰਾ ਸੁਸਾਇਟੀ ਦੇ ਵੀ ਕੋਆਰਡੀਨੇਟਰ ਹਨ। ਇਹਨਾਂ ਨੂੰ ਮੈਂ ਤਾਰੁਫ ਤੁਹਾਡੇ ਨਾਲ ਕਰਾਇਆ, ਮੈਂ ਚਾਹਾਂਗਾ ਕਿ ਇਹਨਾਂ ਨੂੰ ਟੀਵੀ ਸਕਰੀਨ ਦੇ ਉੱਤੇ ਲੈ ਕੇ ਆਇਆ ਜਾਵੇ। ਅਤੇ ਉੱਥੇ ਹੀ ਦੂਜੇ ਪਾਸੇ ਮੇਰੇ ਨਾਲ ਨੀਲਮਾ ਮੈਦਾਨ ਜੀ ਨੇ ਜੋ ਕਿ ਬੀਜੇਪੀ ਓਵਰਸੀਜ਼ ਫਰੰਟ ਦੇ ਸਪੋਕਸਮੈਨ ਨੇ, ਬੁਲਾਰੇ ਹਨ, ਸੀਨੀਅਰ ਲੀਡਰ ਹਨ ਨਿਊਯਾਰਕ ਦੇ ਵਿੱਚ, ਅਤੇ ਦੋਵਾਂ ਦਾ ਮੈਂ ਸਵਾਗਤ ਕਰਦਾ ਇਸ ਮੰਚ ਦੇ ਉੱਤੇ। ਸਭ ਤੋਂ ਪਹਿਲਾਂ ਸਵਾਲ ਮੈਂ ਹਰਦੇਵ ਸਹਾਏ ਹੋਰਾਂ ਤੋਂ ਲੈਣਾ ਚਾਹਾਂਗਾ। ਹਰਦੇਵ ਜੀ, ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੇ ਉਹਨਾਂ ਸਾਰੇ ਸਟੈਪਸ ਨੂੰ ਜੋ ਕਿ ਉਹ ਦੇਸ਼ ਦੇ ਵਿੱਚ ਲੈ ਰਹੇ ਹਨ, ਕੀ ਉਹ ਕੌਨਸਟੀਟਿਊਸ਼ਨਸ ਦੇ ਅਧੀਨ ਰੱਖ ਕੇ ਲਿੱਤੇ ਜਾ ਰਹੇ ਹਨ ਕਿ ਨਹੀਂ? ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਐਂਡ ਜੈ ਭੀਮ ਟੂ ਸਾਰੇ ਪੈਨਲਿਸਟ ਵਾਸਤੇ, ਔਰ ਤੁਹਾਨੂੰ ਵੀ ਅਲਵਾਲੀਆ ਸਾਹਿਬ ਜੀ, ਪ੍ਰਜਾ ਪੰਜਾਬੀ ਦਾ ਬਹੁਤ ਬਹੁਤ ਥੈਂਕ ਯੂ। ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਇਸ ਵੇਲੇ ਬਹੁਤ ਜ਼ਰੂਰਤ ਆ, ਮੈਂ ਚਾਹੁੰਦਾ ਸੀਗਾ ਕਿ ਇਸ ਤਰ੍ਹਾਂ ਮਤਲਬ ਕਿ ਜਿਹੜਾ ਪ੍ਰੋਗਰਾਮ ਆਵੇ ਔਰ ਲੋਕਾਂ ਨੂੰ ਪਤਾ ਚੱਲੇ। ਵੈਸੇ ਸਾਰੇ ਨਿਊਜ਼ ਦੇਖਦੇ ਹੀ ਆ ਜੋ ਇਸ ਵੇਲੇ ਉੱਥੇ ਦੇ ਹਾਲਾਤ ਹੋਏ ਆ, ਪਰ ਨੀਲਮਾ ਜੀ ਵੀ ਨਾਲ ਨੇ, ਪਰ ਇਹਨਾਂ ਦਾ ਵੀ ਸਵਾਗਤ ਸਾਰਿਆਂ ਦਾ, ਆਪਣੇ ਗਰੇਵਾਲ ਜੀ ਮੈਨੂੰ ਪਤਾ ਚੱਲੇ ਤੁਹਾਡੇ ਨਾਲ ਬੈਠੇ ਨੇ, ਉਹਨਾਂ ਦੇ ਸਵਾਗਤ। ਤਾਂ ਆਪਣੇ ਜੋ ਹਾਲਾਤ ਉੱਥੇ ਦੇ ਹੋਏ ਆ, ਮੈਨੂੰ ਇਹ ਨਹੀਂ ਸਮਝ ਆਈ ਅਜੇ ਤੀਕਰ, ਮੈਂ ਬਹੁਤ ਸੋਚਿਆ ਕਿ ਇਹ ਜਿਹੜਾ ਇਸ ਵੇਲੇ ਇਹਨਾਂ ਨੇ ਲਿਆਂਦਾ ਹੈਗਾ ਆਪਣੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਪਾਸ ਕੀਤਾ, ਇਹਦੀ ਜ਼ਰੂਰਤ ਕੀ ਆ ਪਹਿਲੀ ਗੱਲ, ਕਿਉਂਕਿ ਉਹਦਾ ਕਾਰਨ ਹੈਗਾ ਕਿ ਅਜੇ ਆਲਰੇਡੀ ਕੰਟਰੀ ਦਾ ਚੱਲਦਾ ਪਿਆ, ਕੰਟਰੀ ਦੀਆਂ ਹੋਰ ਬੜੀਆਂ ਪ੍ਰੋਬਲਮ ਹੈਗੀਆਂ ਆ, ਇਹ ਜਾਂ ਤਾਂ ਲੱਗਦਾ ਕਿ ਸਿਰਫ ਉਹਨਾਂ ਦੇ ਧਿਆਨ ਭੜਕਾਉਣ ਵਾਸਤੇ ਇਹ ਜਿਹੜਾ ਕੀਤਾ ਜਾ ਰਿਹਾ, ਔਰ ਉਹਦੇ ਤੇ ਜੋ ਜੋ ਉਹਨਾਂ ਨੇ ਮੰਗਿਆ ਹੈਗਾ ਜਾਂ ਪਰੂਫ ਮੰਗਦੇ ਹੈਗੇ ਆ, ਇਹ ਤਾਂ ਕਿਸੇ ਤੋਂ ਦੇ ਨਹੀਂ ਹੋਣੇ,
ਇਸ ਵੇਲੇ ਸਟੂਡੈਂਟ ਉੱਥੇ ਜੋ ਹਾਲਤ ਹੋ ਰਹੀ ਆ, ਜੋ ਆਪਣਾ ਫਿਊਚਰ ਆ ਕੰਟਰੀ ਦਾ, ਜਿਹਨਾਂ ਨੇ ਕੰਟਰੀ ਸੰਭਾਲਣਾ ਅੱਗੇ ਚਲਾਉਣਾ ਆ, ਜੋ ਉੱਥੇ ਹਾਲਾਤ ਹੋ ਰਹੇ ਆ, ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਕੰਟਰੀ ਦਾ ਬਣੇਗਾ ਕੀ। ਪਰ ਜਿਹੜਾ ਕੌਨਸਟੀਟਿਊਸ਼ਨ ਜੋ ਬਾਬਾ ਸਾਹਿਬ ਨੇ ਲਿਖਿਆ, ਬਾਬਾ ਸਾਹਿਬ ਨੇ ਜਿਸ ਵੇਲੇ ਕੌਨਸਟੀਟਿਊਸ਼ਨ ਲਿਖਿਆ, ਉਹਨਾਂ ਨਾਲ ਇੰਨਾ ਡਿਸਕ੍ਰਿਮੀਨੇਸ਼ਨ ਹੋਣ ਦੇ ਬਾਵਜੂਦ, ਔਰ ਉਹਨਾਂ ਨੇ ਹਰ ਬੰਦੇ ਲਈ, ਹਰ ਇਨਸਾਨ ਲਈ, ਈਵਨ ਜਿਹੜੇ ਜੰਗਲਾਂ 'ਚ ਬੈਠੇ ਆਦਿਵਾਸੀ ਆ, ਪਹਿਲਾਂ ਆਪਾਂ ਲੋਕਾਂ ਨੂੰ ਨਹੀਂ ਸੀ ਪਤਾ, ਹੁਣ ਤਾਂ ਮੀਡੀਆ ਓਪਨ ਹੋ ਗਿਆ, ਪਤਾ ਲੱਗਿਆ, ਹਰ ਇੱਕ ਵਾਸਤੇ ਬਰਾਬਰ ਹੱਕ, ਔਰ ਔਰਤਾਂ ਨੂੰ ਖਾਸ ਕਰਕੇ, ਉਹਨਾਂ ਨੂੰ ਤਾਂ ਉਹਨਾਂ 'ਚ ਤਾਂ ਮਤਲਬ ਕਿ ਰੱਬ ਨਾਲ ਵੀ ਵੱਧ, ਮੈਂ ਕਹਿੰਦਾ ਬਾਬਾ ਸਾਹਿਬ ਨੂੰ ਕਿ ਜਿਹਨਾਂ ਨੇ ਔਰਤਾਂ ਜਿਹੜਾ ਆਪਣੇ ਹਿੰਦੂ ਕੋਡ ਬਿੱਲ ਦੇ ਅਗੇਂਸਟ ਉਹਨਾਂ ਨੇ ਉਸ ਵੇਲੇ ਰਿਜ਼ਾਈਨ ਦਿੱਤਾ ਸੀਗਾ, ਅਤੇ ਔਰਤਾਂ ਨੂੰ ਬਰਾਬਰ ਜਿਹੜਾ ਆਪਣੇ ਹੱਕ ਮਿਲਣੇ ਚਾਹੀਦੇ ਆ। ਸੋ ਇਹ ਜਿਹੜੀ ਇਸ ਵੇਲੇ ਪਾਰਟੀ ਪੋਲਿਟਿਕਸ ਚੱਲਦੀ ਆ, ਪਾਰਟੀ ਪੋਲਿਟਿਕਸ ਜਿਹੜੀ ਚੱਲਦੀ ਪਈ ਆ, ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਆ ਕਿਸੇ ਦਾ ਵੀ, ਲੇਕਿਨ ਬਾਬਾ ਸਾਹਿਬ ਦੇ ਜੋ ਸੋਚ ਨੂੰ ਹਮੇਸ਼ਾ ਸਲੂਟ ਕਰਦਾ, ਜਿਹਨਾਂ ਨੇ ਇੰਨੇ ਵੱਡੇ ਕੰਟਰੀ ਵਾਸਤੇ ਜਿਹੜਾ। ਤੇ ਹਰਦੇਵ ਜੀ, ਕੀ ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਗੱਲ ਕਹੀ ਕਿ ਬਣਦੇ ਹੱਕ, ਮਾਣ ਸਨਮਾਨ ਉੱਥੇ ਦਿੱਤਾ ਜਾ ਰਿਹਾ ਕੌਨਸਟੀਟਿਊਸ਼ਨ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ? ਨਹੀਂ, ਇਸ ਵੇਲੇ ਤਾਂ ਉਹ ਗੱਲ ਹੈ ਨਹੀਂ ਜੀ। ਫ੍ਰੈਂਕਲੀ ਸਪੀਕਿੰਗ ਇਹ ਆ ਕਿ ਉਹਨਾਂ ਦੇ ਤਾਂ ਮੁੱਦੇ ਹੁਣ ਹੋਰ ਹੋ ਗਏ। ਜੋ ਮੁੱਦੇ ਮੇਨ ਹੈਗੇ ਆ, ਜਿਸ ਤਰ੍ਹਾਂ ਇਹਨਾਂ ਨੇ 2014 ਵਿੱਚ ਇਲੈਕਸ਼ਨ ਜਿੱਤੀ, ਠੀਕ ਆ, ਮੈਜੋਰਟੀ 'ਚ ਆਏ, ਇਹਨਾਂ ਨੇ ਆਪਣੇ ਹੁਣ ਵੀ ਦਿੱਤੀ, ਇਹਨਾਂ ਨੇ ਕਿਹਾ ਸੀ ਕਿ 16-16 ਲੱਖ ਜਾਂ 15-15 ਲੱਖ ਹਰ ਬੰਦੇ ਦੇ ਇਨਸਾਨ ਅਕਾਊਂਟ 'ਚ ਆਏਗਾ, ਨਹੀਂ ਆਇਆ, ਹੈ ਨਾ। ਨੀਲਮਾ ਜੀ, ਮੈਂ ਇਹ ਨਹੀਂ, ਮੈਂ ਬੀਜੇਪੀ ਦਾ ਕੋਈ ਮਤਲਬ ਕਿ ਅਗੇਂਸਟ ਨਹੀਂ, ਮੈਂ ਲੇਕਿਨ ਅੱਜ ਦੀ ਜਿਹੜੀ ਪੋਲਿਟੀ ਪੋਲਿਟਿਕਸ ਚੱਲਦੀ ਪਈ ਉੱਥੇ, ਮੈਂ ਉਹਦੀ ਡਿਸਕਸ ਜ਼ਰੂਰ ਕਰੂੰਗਾ। ਔਰ ਉਸ ਤੋਂ ਬਿਨਾਂ 2 ਕਰੋੜ ਇਹਨਾਂ ਕੇ ਜੋਬਸ ਲੈ ਕੇ ਆਵਾਂਗੇ, ਜਿਹੜੇ ਸਟੂਡੈਂਟ ਆ ਉੱਥੇ, ਮੈਂ ਉੱਥੇ ਰਹਿ ਕੇ ਆਇਆ, ਹਰ ਬੱਚਾ ਇਹ ਕਹਿੰਦਾ ਕਿ ਮੈਂ ਫੋਰਨ ਜਾਣਾ, ਕਿਉਂ ਜਾਣਾ ਵੀ, ਕਿਉਂ, ਕਿਸ ਕਰਕੇ, ਕਹਿੰਦੇ ਇੱਥੇ ਹੈ ਹੀ ਕੁਛ ਨਹੀਂ, ਇੰਜੀਨੀਅਰਿੰਗ ਕਰਕੇ 10,000 ਦੀ ਨੌਕਰੀ ਮਿਲਦੀ ਆ, ਆਊਟ ਆਫ ਸਟੇਟ ਮਿਲ ਜਾਏ ਉਹਨਾਂ ਨੂੰ, ਤਾਂ ਉਹਨਾਂ ਦਾ ਕਿਰਾਇਆ ਪੂਰਾ ਨਹੀਂ ਹੋ ਰਿਹਾ। ਔਰ ਉਸ ਤੋਂ ਬਿਨਾਂ ਕੀ ਆ ਕਿ ਦੇਖੋ ਉੱਥੇ ਦੇ ਹਾਲਾਤ ਕੀ ਆ, ਅੱਜ ਔਰਤਾਂ ਦੇ ਹਾਲਾਤ, ਜਿਹਨਾਂ ਨੂੰ ਬਾਬਾ ਸਾਹਿਬ ਨੇ ਬਰਾਬਰ ਲਿਆ ਤਾਂ ਸਦੀਆਂ ਤੋਂ ਜਿਹੜੇ ਪਛਾੜੀਆਂ ਸੀਗੀਆਂ ਔਰਤਾਂ ਨੂੰ, ਘਰ ਦੀ ਆਪਣੇ ਜਿੱਦਾਂ ਵੀ ਘਰ ਪੈਰ ਦੀ ਜੁੱਤੀ ਵਗੈਰਾ ਦਿੱਤਣ ਡੈਡ, ਜੋ ਘਟੀਆ ਚੀਜ਼ਾਂ ਸੀ ਸਾਰੀਆਂ ਲਾਗੂ ਹੁੰਦੀਆਂ ਸੀ ਇਹਨਾਂ 'ਤੇ, ਜੋ ਧਾਰਮਿਕ ਪਰੰਪਰਾਵਾਂ ਚੱਲੀਆਂ ਉਹਦੇ ਹਿਸਾਬ ਨਾਲ, ਉਹਨਾਂ ਨੇ ਜੇ ਬਰਾਬਰ ਲਿਆਂਦਾ, ਔਰ ਉਹਨਾਂ ਦਾ ਹਰ 20 ਮਿੰਟ ਦੇ ਬਾਅਦ ਇੱਕ ਰੇਪ ਹੁੰਦਾ ਪਿਆ, ਇੰਨੀ ਸ਼ਰਮ ਵਾਲੀ ਗੱਲ ਆ ਕਿ ਜਿੱਥੇ ਉੱਥੇ ਦੇਵੀਆਂ ਬਣਾ ਕੇ ਪੂਜੀਆਂ ਜਾਂਦੀਆਂ ਔਰਤਾਂ, ਔਰ ਉੱਥੇ ਹੀ ਕੰਟਰੀ ਵਿੱਚ ਇਸ ਤਰ੍ਹਾਂ ਦਾ ਹੋਇਆ ਜਾਂਦਾ। ਔਰ ਇਸ ਗੌਰਮੈਂਟ ਨੇ ਹੁਣ ਤੱਕ ਰਿਹਾ ਕਿ ਜਿਹੜਾ ਕਾਸਟ ਸਿਸਟਮ ਆ, ਮੈਂ ਉੱਥੇ ਰਹਿ ਕੇ ਦੇਖਿਆ, ਹਰ ਬੰਦਾ ਕੋਈ ਨਾ ਕੋਈ ਕਾਸਟ ਤੇ ਬੋਲਦਾ ਪਿਆ, ਹਰ ਇੱਕ ਨੂੰ ਡੀਗ੍ਰੇਡ ਕਰਦਾ ਪਿਆ, ਤੇ ਸਦੀਆਂ ਤੋਂ ਜਿਹੜੀ ਕਾਸਟ ਦੇ ਸਿਸਟਮ ਚੱਲਿਆ ਆਇਆ, ਇਹਨੂੰ ਕੌਣ ਤੋੜੇਗਾ? ਜੇ ਗੌਰਮੈਂਟ ਨਹੀਂ ਤੋੜੇਗੀ ਤਾਂ ਤੋੜੇਗਾ ਕੌਣ ਇਹਨੂੰ? ਉਹਦੇ ਵਾਸਤੇ ਕੋਈ ਕੰਮ ਨਹੀਂ ਕਰਦਾ। ਆ ਕੱਲ ਪਰਸੋਂ ਵੀਡੀਓ ਇੱਕ ਵਾਇਰਲ ਹੋ ਰਹੀ ਆ, ਇਹ ਪੁੱਤੇ ਅਸੀਂ ਕਮਿਊਨਿਟੀ ਦਾ ਮੁੰਡਾ ਆਪਣੇ ਬਿਆਨੀ ਬਣਾਉਂਦਾ ਪਿਆ, ਬ੍ਰਾਹਮਣਵਾਦੀ ਪੂਰੀ ਸੋਚ ਹੈ ਜੀ ਇਹ। ਪਰ ਜਿਸ ਪਾਸੇ ਨੂੰ ਕੰਟਰੀ ਜਾ ਰਿਹਾ, ਮੈਨੂੰ ਤਾਂ ਉੱਥੇ ਇਹ ਲੱਗਿਆ, ਮੈਂ ਇੱਕ ਸਟੇਜ ਤੇ ਬੋਲਿਆ, ਮੈਨੂੰ ਮੈਂ ਕਿਹਾ ਲੱਗਦਾ ਕਿ ਸਿਵਲ ਵਾਰ ਵੱਲ ਨੂੰ ਕੰਟਰੀ ਵੱਧਦਾ ਪਿਆ, ਠੀਕ ਹੈ, ਕਿਉਂਕਿ ਜੋ ਬਾਬਾ ਸਾਹਿਬ ਨੇ ਹੱਕ ਦਿੱਤੇ ਜੀ, ਉਹਦੇ ਨਾਲ ਅੱਜ ਜਿਹੜੇ ਐਸਸੀ ਐਸਟੀ ਬੰਦੇ ਉਹ ਵੀ ਖੜੇ ਹੋ ਗਏ, ਮਾਈਨੋਰਿਟੀ ਜਿਹੜੀਆਂ ਸੇਵ ਨਹੀਂ ਹੈਗੀ, ਤੁਸੀਂ ਤੁਹਾਨੂੰ ਇਹ ਲੱਗਦਾ ਘੱਟ ਗਿਣਤੀਆਂ ਦੇ ਵਿੱਚ ਵਾਕਈ ਰੋਸ਼ ਹੈਗਾ। ਚਲੋ ਹੁਣ ਇਹਦਾ ਜਵਾਬ ਨੀਲੇ ਮਾਜੀ ਤੋਂ ਲੈ ਲੈਣੇ ਆ, ਬਹੁਤ ਬਹੁਤ ਰੋਸ ਹੈ। ਦੂਜਾ ਇਹ ਹੈ ਕਿ ਜਿਹੜਾ ਇਹ ਕੌਂਸੇ ਬਣਾ ਰਿਹਾ, ਇਸ ਵੇਲੇ ਐਕਟ ਬਣਾਇਆ ਇਹਨਾਂ ਨੇ, ਇਹਦੇ ਵਿੱਚ ਇੱਕ ਧਰਮ ਨੂੰ ਕਿਉਂ ਸੱਦਿਆ ਗਿਆ? 3 ਕੰਟਰੀ ਹੀ ਕਿਉਂ ਜੀ? ਸ਼੍ਰੀਲੰਕਾ ਕਿਉਂ ਨੀ, ਬਰਮਾ ਕਿਉਂ ਨੀ? ਉੱਥੇ ਵੀ ਤਾਂ ਰੋਜ਼ ਹਿੰਦੂ ਰਹਿੰਦੇ ਹੀ ਆ ਨਾ। ਔਰ ਤੀਸਰਾ ਸਭ ਤੋਂ ਵੱਡੀ ਗੱਲ, ਮੈਂ ਚਾਹੁੰਦਾ ਜੇ ਇਹ 3 ਕਰੋੜ ਬੰਦਾ ਇਸ ਵੇਲੇ ਇਲੀਗਲ ਬੈਠਾ ਇਹਨਾਂ ਕੰਟਰੀਆਂ 'ਚ, ਜਿਹਨਾਂ ਨੂੰ ਆਪਾਂ ਹਿੰਦੂ ਕਹਿੰਦੇ ਹਾਂ, ਜੇ 3 ਕਰੋੜ ਆ ਜਾਂਦਾ, ਕੀ ਇੰਡੀਆ ਵਿੱਚ ਉਹਨਾਂ ਨੂੰ ਇੰਪਲਾਇਮੈਂਟ ਦੇਣਗੇ? ਉਹਨਾਂ ਨੂੰ